ਗੁਰਦੀਪ ਸਿੰਘ ਰੁਪਾਣਾ ਦੀ ਪੁਸਤਕ ਆਮ ਖਾਸ ਦੀ ਕਹਾਣੀ ਹੈ ਤਲਵਾ ਟਲਵੀ ਰਾਮ ਸਿੰਘ ਪੰਡਾਰੀ ਆਪਣੇ ਪੁਰਾਣੇ ਮੁੰਸ਼ੀ ਗੁਲਾਬ ਚੰਦ ਨੂੰ ਨਾਲ ਲੈ ਕੇ ਮੰਗਲਵਾਰ ਵਾਲੇ ਦਿਨ ਆਪਣੇ ਜੱਦੀ ਪਿੰਡ ਧਰਮਪੁਰੇ ਪੁੱਜ ਗਿਆ ਬੁੱਧਵਾਰ ਵਾਲੇ ਦਿਨ ਸਕੂਲ ਦੇ ਨਾਮਕਰਨ ਦਾ ਸਮਾਗਮ ਹੋਣਾ ਸੀ ਰਾਮ ਸਿੰਘ ਪੰਡਾਰੀ ਦੇ ਸਵਰਗਵਾਸੀ ਪਿਤਾ ਬਾਉ ਗੋਪਾਲ ਕਿਸ਼ਨ ਪੰਡਾਰੀ ਦੇ ਨਾਮ ਉੱਤੇ ਸਰਕਾਰੀ ਸਕੂਲ ਦਾ ਨਾਮ ਰੱਖਿਆ ਜਾਣਾ ਸੀ ਸਰਪੰਚ ਨਿਧਾਨ ਸਿੰਘ ਨੇ ਅੱਛਾ ਖਾਸਾ ਪ੍ਰਬੰਧ ਕੀਤਾ ਹੋਇਆ ਸੀ ਕਨਾਤਾਂ ਲਾਈਆਂ ਗਈਆਂ ਮੇਜ਼ ਕੁਰਸੀਆਂ ਲਿਆਂਦੇ ਗਏ ਵੱਡੀ ਖੁੱਲੀ ਸਟੇਜ ਸਜਾਈ ਗਈ ਆਉਣ ਵਾਲਿਆਂ ਲਈ ਚਾਹ ਪਾਣੀ ਦਾ ਖੁੱਲੇ ਦਿਲ ਨਾਲ ਪ੍ਰਬੰਧ ਹੋ ਰਿਹਾ ਸੀ ਸਿੱਖਿਆ ਮੰਤਰੀ ਆਪ ਇਸ ਸਮਾਗਮ 'ਚ ਪੁੱਜ ਰਹੇ ਸਨ ਰਾਮ ਸਿੰਘ ਪੰਡਾਰੀ ਦੇ ਪਰਿਵਾਰ ਨੂੰ ਇਲਾਕੇ 'ਚ ਬਾਬੂਆਂ ਦਾ ਪਰਿਵਾਰ ਕਿਹਾ ਜਾਂਦਾ ਸੀ ਸ਼ੁਰੂ ਤੋਂ ਹੀ ਵੱਡਾ ਘਰ ਮੰਨਿਆ ਜਾਂਦਾ ਸੀ ਰਾਮ ਸਿੰਘ ਦੇ ਪੁੱਜਦੇ ਹੀ ਖਬਰ ਫੈਲ ਗਈ ਬਾਉ ਜੀ ਆ ਗਏ ਬਾਉ ਜੀ ਆ ਗਏ ਹਵੇਲੀ 'ਚ ਮਿਲਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ ਕੁਝ ਲੋਕ ਕੇਵਲ ਦਰਸ਼ਨ ਲਈ ਆਏ ਸਨ ਕੁਝ ਆਪਣੇ ਪੁੱਤਰਾਂ ਵਾਸਤੇ ਨੌਕਰੀਆਂ ਦੀ ਗੁਜ਼ਾਰਿਸ਼ ਕਰਨ ਆਏ ਸਨ ਸਮਾਗਮ ਸਮੇਂ ਅਨੁਸਾਰ ਸ਼ੁਰੂ ਹੋ ਗਿਆ ਬਾਉ ਗੋਪਾਲ ਕਿਸ਼ਨ ਭੰਡਾਰੀ ਨੇ ਜੋ ਸਕੂਲ ਵਾਸਤੇ ਕੀਤਾ ਤੇ ਉਹਦਾ ਪੁੱਤਰ RAM ਸਿੰਘ ਭੰਡਾਰੀ ਜੋ ਹੁਣ ਕਰ ਰਿਹਾ ਸੀ ਬੁਲਾਰਿਆਂ ਨੇ ਦਸ ਦਸ ਕੇ ਦੋਹਾਂ ਦਾ ਗੁਣ ਗਾਣ ਕੀਤਾ ਇਹ ਸਕੂਲ ਬਾਉ ਗੋਪਾਲ ਕਿਸ਼ਨ ਭੰਡਾਰੀ ਨੇ ਆਪਣੀ ਹਵੇਲੀ 'ਚ ਚਾਲੂ ਕੀਤਾ ਸੀ ਤੇ ਬੱਚਿਆਂ ਨੂੰ ਆਪ ਪੜ੍ਹਾਉਣਾ ਸ਼ੁਰੂ ਕੀਤਾ ਫਿਰ ਦੋ ਕਮਰੇ ਪਾ ਕੇ ਪ੍ਰਾਇਮਰੀ ਸਕੂਲ ਮਨਜ਼ੂਰ ਕਰਵਾ ਲਿਆ ਜੋ ਮਾਸਟਰ ਆਇਆ ਉਹਦੇ ਰਹਿਣ ਤੇ ਖਾਨ ਪੀਣ ਦਾ ਪ੍ਰਬੰਧ ਵਿਹਲੀ ਚ ਬੜੀ ਇੱਜ਼ਤ ਨਾਲ ਕੀਤਾ ਗਿਆ ਤਾਂ ਜੋ ਆਉਣ ਵਾਲਾ ਮਾਸਟਰ ਇਸ ਦੂਰ ਦਰਾਜ ਪਿੰਡ ਚ ਟਿਕਿਆ ਰਹੇ ਪਿੰਡ ਦੇ ਨਾਲ ਲੱਗਦੀ 6 ਏਕੜ ਜ਼ਮੀਨ ਸਕੂਲ ਨੂੰ ਦੇ ਦਿੱਤੀ ਬੇਸ਼ੱਕ ਉਹ ਆਪ ਸ਼ਹਿਰ ਚਲੇ ਗਏ ਪਰ ਸਕੂਲ ਨੂੰ ਨਹੀਂ ਭੁੱਲੇ ਹਰ ਸਾਲ ਇੱਕ ਦੋ ਕਮਰੇ ਬਣਵਾ ਦਿੰਦੇ ਸਕੂਲ ਮਿਡਲ ਦਰਜੇ ਦਾ ਹੋ ਗਿਆ ਹੁਣ ਬਾਉਰਾਮ ਸਿੰਘ ਪੰਡਾਰੀ ਦੀ ਯਤਨਾ ਸਦਕਾ ਸੀਨੀਅਰਸ ਕੈਂਡੀ ਬਣ ਗਿਆ ਬੱਚਿਆਂ ਦੇ ਖੇਡਣ ਲਈ ਮੈਦਾਨ ਤੇ ਸਟਾਫ ਲਈ ਕੁਆਟਰ ਸਨ ਤੇ ਹੁਣ ਵੀ ਬਾਉਰਾਮ ਸਿੰਘ ਆਪਣੀ ਜੱਦੀ ਜ਼ਮੀਨ ਦੀ ਸਾਰੀ ਆਮਦਨੀ ਸਕੂਲ ਨੂੰ ਦੇ ਜਾਂਦੇ ਜਿਸ ਨਾਲ ਬੱਚਿਆਂ ਵਾਸਤੇ ਖੇਡਾਂ ਦਾ ਸਮਾਨ ਆਉਂਦਾ ਗਰੀਬ ਬੱਚਿਆਂ ਨੂੰ ਕਿਤਾਬਾਂ ਦੀ ਵਰਦੀਆਂ ਦਿੱਤੀਆਂ ਜਾਂਦੀਆਂ ਹੁਣ ਹਰ ਵਿਦਿਆਰਥੀ ਨੂੰ ਪੁੱਜੀ ਫੇ ਦਿੱਤੇ ਜਾਂਦੇ ਸੁਣ ਸੁਣ ਕੇ ਬਾਉਰਾਮ ਸਿੰਘ ਭੰਡਾਰੀ ਨਿਹਾਲ ਹੋ ਰਹੇ ਸਨ ਚਾਰੇ ਪਾਸੇ ਉਹਨਾਂ ਦੀ ਧੰਨ ਧੰਨ ਹੋ ਰਹੀ ਸੀ ਸਮਾਗਮ ਸਮਾਪਤ ਹੋ ਗਿਆ ਤੇ ਹੁਣ ਬਾਉਰਾਮ ਸਿੰਘ ਭੰਡਾਰੀ ਨੇ ਸੋਚਿਆ ਜਿਹਦਾ ਮਤਲਬ ਸੀ ਹੁਣ ਇਥੋਂ ਪਰਤ ਜਾਣ ਦਾ ਵਕਤ ਆ ਗਿਆ ਸੀ ਸ਼ਹਿਰ ਪਰਤ ਜਾਣ ਦਾ ਵਕਤ ਉਸ ਥਾਂ ਪਰਤ ਜਾਣ ਦਾ ਵਕਤ ਜਿੱਥੇ ਉਹਦੇ ਆਪਣੇ ਪੁੱਤਰ ਅਸ਼ੋਕ ਨੇ ਉਹਨੂੰ ਇੱਕ ਤਰ੍ਹਾਂ ਨਾਲ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਸੀ ਜਿਵੇਂ 2 ਸਾਲ ਪਹਿਲਾਂ ਉਹਦੇ ਪੁਰਾਣੇ ਮੁੰਸ਼ੀ ਗੁਲਾਬ ਚੰਦ ਨੂੰ ਕੋਈ ਪੁਰਾਣੀ ਚੀਜ਼ ਸਮਝ ਕੇ ਸੇਵਾ ਮੁਕਤ ਕਰ ਦਿੱਤਾ ਸੀ ਅਸ਼ੋਕ ਨੇ ਇੱਕ ਕੈਪੀਟਲ ਕੰਪਨੀ ਸ਼ੁਰੂ ਕੀਤੀ ਬినਾਰਾਮ ਸਿੰਘ ਨਾਲ مشورہ ਕੀਤੇ ਸ਼ੇਰਾਂ ਦਾ ਕਾਰੋਬਾਰ ਸ਼ੁਰੂ ਕੀਤਾ ਬਿਨਾਂ ਉਹਨੂੰ ਇਤਲਾਹ ਦਿੱਤੇ ਨਵਾਂ ਸਟਾਫ ਰੱਖ ਲਿਆ ਦਫ਼ਤਰ ਦਾ ਸਾਰਾ ਢਾਂਚਾ ਬਦਲ ਦਿੱਤਾ ਕੰਪਿਊਟਰ ਫੈਕਸ ਇੰਟਰਨੈਟ ਆ ਗਏ ਕੰਮ ਕਿਸ ਤਰ੍ਹਾਂ ਚੱਲੇਗਾ ਮੈਨੂੰ ਤੇ ਇਹਨਾਂ ਦਾ ਕੁਝ ਪਤਾ ਨਹੀਂ RAM ਸਿੰਘ ਤੋਂ ਕਹਿ ਹੋ ਗਿਆ ਉਹਦਾ ਮਤਲਬ ਸੀ ਜੇ ਮਾਲਕ ਨਹੀਂ ਜਾਣਦਾ ਤਾਂ ਮੁਲਾਜ਼ਮਾਂ ਤੋਂ ਕੰਮ ਕਿਵੇਂ ਲਾਏਗਾ ਤੁਸੀਂ ਆਰਾਮ ਕਰੋ ਹੁਣ ਬਹੁਤ ਸਾਰੇ ਲੋਕ ਇਹ ਕੰਮ ਜਾਣਦੇ ਨੇ ਅਸ਼ੋਕ ਨੇ ਸਹਿਜ ਨਾਲ ਕਿਹਾ ਉਸ ਦਿਨ ਤੋਂ ਬਾਅੂ RAM ਸਿੰਘ ਪੰਡਾਰੀ ਕੋਈ ਫਾਲਤੂ ਚੀਜ਼ ਹੋ ਗਏ ਸਨ ਇੱਕ ਜ਼ਮਾਨਾ ਸੀ ਜਦੋਂ ਆਪਣੇ ਆਪ ਨੂੰ ਦੁਨੀਆ ਦਾ ਕੇਂਦਰ ਬਿੰਦੂ ਸਮਝਿਆ ਕਰਦੇ ਸੀ ਸਾਰੀ ਦੁਨੀਆ ਉਹਦੇ ਗਿਰਦ ਘੁੰਮਦੀ ਸੀ ਕੋਈ ਨਵੀਂ ਰੇਲ ਗੱਡੀ ਸ਼ੁਰੂ ਹੁੰਦੀ ਕੋਈ ਨਵਾਂ ਹਵਾਈ ਅੱਡਾ ਬਣਦਾ ਉਹਨੂੰ ਜਾਪਦਾ ਉਹਦੇ ਸਫਰ ਕਰਨ ਵਾਸਤੇ ਬਣਿਆ ਕੋਈ ਨਵਾਂ ਹਸਪਤਾਲ ਬਣਦਾ ਕੋਈ ਨਵੀਂ ਦਵਾਈ ਇਜ਼ਾਦ ਹੁੰਦੀ ਉਹਨੂੰ ਜਾਪਦਾ ਇਹ ਉਹਨੂੰ ਹੀ ਸਿਹਤ ਯਾਪ ਰੱਖਣ ਵਾਸਤੇ ਬਣਿਆ ਕੋਈ ਨਵੀਂ ਫਿਲਮ ਬਣਦੀ ਟੀਵੀ ਚੈਨਲ ਸ਼ੁਰੂ ਹੁੰਦਾ ਉਹਨੂੰ ਜਾਪਦਾ ਉਹਦੇ ਮਨੋਰੰਜਨ ਵਾਸਤੇ ਬਣਾਏ ਗਏ ਉਦੋਂ ਉਹਨੂੰ ਉਹਨਾਂ ਲੋਕਾਂ ਤੇ ਬੜੀ ਖਿਜ ਆਉਂਦੀ ਜੋ ਕੀ ਹਾਲ ਚਾਲ ਹੈ ਪੁੱਛਣ ਦੇ ਜਵਾਬ ਜਵਾਬ ਦਿੰਦੇ ਸੀ ਜੋ ਟਾਈਮ ਕੱਟ ਰਿਹਾ ਚੰਗਾ ਮੂਰਖ ਜ਼ਿੰਦਗੀ ਨੂੰ ਟਾਈਮ ਕੱਟਣਾ ਸਮਝਦੇ ਨੇ ਬਿਮਾਰ ਲੋਕ ਜ਼ਿੰਦਗੀ ਤਾਂ ਇੱਕ ਉਤਸਵ ਹੈ ਤੁਸੀਂ ਹੁਣ ਆਰਾਮ ਕਰੋ ਅਸ਼ੋਕ ਉਹਦੇ ਆਪਣੇ ਪੁੱਤਰ ਨੇ ਇੱਕ ਫਿਕਰੇ ਨਾਲ ਸਭ ਕੁਝ ਬਦਲ ਦਿੱਤਾ ਜੋ ਕੁਝ ਹੈ ਉਹਨੂੰ ਮਹਿਸੂਸ ਹੁੰਦਾ ਉਹਦੇ ਵਾਸਤੇ ਨਹੀਂ ਜੋ ਕੁਝ ਨਵਾਂ ਹੋ ਰਿਹਾ ਸੀ ਉਸ ਤੋਂ ਦੀ ਰੁਚੀ ਨਹੀਂ ਸੀ ਜਾਗਦੀ ਸੁਣ ਕੇ ਕਹਿ ਛੱਡਦਾ ਆਪਾਂ ਕੀ ਲੈਣਾ ਸਾਰੇ ਅਖਬਾਰ ਸਾਰੇ ਟੀਵੀ ਚੈਨਲ ਉਸ ਵਾਸਤੇ ਫालतू ਦਾ ਸ਼ੋਰ ਹੋ ਗਏ ਸੀ ਕੋਈ ਖਾਣਾ ਮਨਪਸੰਦ ਖਾਣਾ ਨਹੀਂ ਸੀ ਰਿਹਾ ਸਾਰੇ ਫਲ ਉਸ ਵਾਸਤੇ ਰਸੇਣ ਹੋ ਗਏ ਸਾਰੇ ਫੁੱਲ ਸੁਗੰਧੀਆਂ ਗਵਾ ਚੁੱਕੇ ਸੀ ਹੁਣ ਆਏ ਏ ਤਾਂ 2-4 ਦਿਨ ਰੁੱਕ ਜਾ ਨਿਧਾਨ ਸਿੰਘ ਨੇ ਕਿਹਾ ਰੋਜ਼-ਰੋਜ਼ ਘਰੋਂ ਨਹੀਂ ਨਿਕਲਿਆ ਜਾਂਦਾ ਨਿਧਾਨ ਸਿੰਘ ਨੂੰ ਹੈਰਾਨੀ ਹੋਈ ਕਿ ਬਊ ਰਾਮ ਸਿੰਘ ਭੰਡਾਰੀ ਨੇ ਐਨੇ ਰੁਝੇਵਿਆਂ ਵਾਲਾ ਬੰਦਾ ਬਿਨਾਂ ਨਾਂ ਨੁੱਕਰ ਕਰਨ ਦੇ ਰੁਕ ਗਿਆ ਰੁਕਦਾ ਕਿਉਂ ਨਾ ਉਹਦੇ ਗਿਰਦ ਜੁੜੀ ਭੀੜ ਨੇ ਉਹਤੇ ਜਾਦੂ ਕਰ ਰੱਖਿਆ ਸੀ ਭੀੜ 'ਚ ਬਾਕੀ ਲੋਕ ਵਖਾਈ ਦੇ ਰਹੇ ਸਨ ਪਰ ਲੋਕ ਉਹਨੂੰ ਵੇਖਣਾ ਚਾਹੁੰਦੇ ਸੀ ਕਿ ਕਾਰਖਾਨੇ ਤੇ ਮਿਲਾਂ ਚ ਲਾਉਣ ਵਾਲੇ ਬੰਦੇ ਕਿਹੋ ਜਿਹੇ ਹੁੰਦੇ ਨੇ ਬਾਕੀ ਲੋਕ ਬੋਲਦੇ ਸੁਣਾਈ ਦੇ ਰਹੇ ਸੀ ਪਰ ਲੋਕ ਉਹਨੂੰ ਸੁਣਨਾ ਚਾਹੁੰਦੇ ਸੀ ਪੰਦ ਪੰਦ ਇਹ ਸਵਾਲ ਕਰਕੇ ਉਹਨੂੰ ਬੋਲਣ ਵਾਸਤੇ ਉਕਸਾਰ ਰਹੇ ਸੀ ਅੱਜ ਘਰ ਖਾਣਾ ਖਾਵਾਂਗੇ ਭੰਡਾਰੀ ਬਾਬੂ ਨੇ ਕਿਹਾ ਪਰ ਬਹੁਤਾ ਧਾਮ ਚਾਮ ਕਰਨ ਦੀ ਲੋੜ ਨਹੀਂ ਬਸ ਸਾਦਾ ਦਾਲ ਫੁਲਕਾ ਨਿਧਾਨ ਸਿੰਘ ਘਰ ਰੋਟੀ ਦਾ ਪ੍ਰਬੰਧ ਕਰਾਉਣ ਚਲਾ ਗਿਆ ਜਾਂਦਾ ਜਾਂਦਾ ਉਹ ਮਿਲਣ ਆਏ ਲੋਕਾਂ ਨੂੰ ਆ ਗਿਆ ਕਿ ਬਾਉ ਜੀ 2-4 ਦਿਨ ਇੱਥੇ ਰਹਿਣਗੇ ਕੱਲ ਮਿਲ ਲੈਣਾ ਹੁਣ ਉਹ ਆਰਾਮ ਕਰਨਗੇ ਬਾਉ RAM ਸਿੰਘ ਤੇ Munshi Gulab Chand ਇਕੱਲੇ ਰਹਿ ਗਏ ਪਰ ਉਹਨਾਂ ਆਰਾਮ ਨਹੀਂ ਕੀਤਾ ਜ਼ਿੰਦਗੀ ਚੋਂ ਖਾਰਜ ਹੋਣ ਦੀ ਬੇਚੈਨੀ ਨੇ ਖੰਡਾਰੀ ਬਾਉ ਨੂੰ ਆਰਾਮ ਨਹੀਂ ਬੈਟ ਆਰਾਮ ਨਾਲ ਬੈਠਣ ਨਹੀਂ ਦਿੱਤਾ ਨਿਧਾਨ ਸਿੰਘ ਦੇ ਜਾਂਦੇ ਹੋ ਸਕੂਲ ਚ ਹੁੰਦੇ ਹੋਏ ਖੇਤਾਂ ਵੱਲੋਂ ਨਿਕਲ ਗਏ ਖੇਤ ਵਿੱਚ ਉਹਨਾਂ ਨੂੰ ਵੇਖ ਕੇ ਨਿਧਾਨ ਸਿੰਘ ਦੇ ਕੰਮੇ ਉਹਨਾਂ ਕੋਲ ਪੁੱਜ ਗਏ ਇੱਕ ਜਣਾ ਕੋਠੇ ਚੋਂ ਮੰਝਾ ਚੁੱਕ ਲਿਆ ਆ ਉਹ ਸਾਰੇ ਜਣੇ ਵਗਦੇ ਹੋਏ ਪੱਕੇ ਖਾਲ ਤੇ ਖੜੇ ਸੀ ਰਾਜ ਖਾਲ ਸਾਰੇ ਪੱਕੇ ਹੋ ਗਏ ਨਹੀਂ ਇੱਕ ਆਦਮੀ ਨੇ ਕਿਹਾ ਇਹ ਕੱਚਾ ਖਾਲ ਆਪਣਾ ਹੈ ਸੇਟ ਜੀ ਤੁਸੀਂ ਲੋਕ ਆਪਣਾ ਕੰਮ ਕਰੋ ਜੇ ਲੋੜ ਪਈ ਤਾਂ ਬੁਲਾਵਾਂ ਲਾਂਗੇ ਹੁਣ ਉਹ ਕੱਚੇ ਖਾਲ ਉੱਤੇ ਖੜੋਤੇ ਸੀ ਰਾਮ ਸਿੰਘ ਤੇ ਮੁੰਸ਼ੀ ਗੁਲਾਬ ਚੰਦ ਖਾਲ ਦੀ ਵੱਟ ਉਤੇ ਉਗੇ ਕਾਹ ਦੀ ਇੱਕ țeੜ ਵਗਦੇ ਪਾਣੀ ਤੇ ਝੁਕੀ ਹੋਈ ਸੀ ਪਾਣੀ ਨੂੰ ਛੋਂਦੀ ਹੋਈ ਕਦੇ ਉੱਚੀ ਹੋ ਜਾਂਦੀ ਕਦੇ ਨੀਵੀਂ ਡੋਲਦੀ ਹੋਈ ਜਿਵੇਂ ਗਰਾਂ ਨੂੰ ਗ੍ਰਾਮੋਫੋਨ ਦੇ ਰਿਕਾਰਡ ਉਤੇ ਡੋਲਦੀ ਹੋਈ ਸੂਈ ਬਾਉਰਾਮ ਸਿੰਘ ਪੰਡਾਰੀ ਦੇ ਜਿਸਮ 'ਚ ਇੱਕ ਚਰਨਾਟ ਜੀ ਦੌੜ ਗਈ ਜਿਸਮ ਲਰਜ਼ਾ ਉੱਠਿਆ ਇਹ ਕੀ ਹੈ ਕੀ ਰਾਮ ਸਿੰਘ ਦੀ ਹਲਕੀ ਜੀ ਆਵਾਜ਼ ਆਈ ਕੀ ਜਨਾਬ ਮੁੰਸ਼ੀ ਨੇ ਪੁੱਛਿਆ ਬਾਉਰਾਮ ਸਿੰਘ ਪੰਡਾਰੀ ਚੁੱਪ ਚਾਪ ਕਾਹ ਦੇ ਟਣਕੇ ਨੂੰ ਪਾਣੀ ਉਤੇ ਡੋਲਦਾ ਹੋਇਆ ਵੇਖਦਾ ਰਿਹਾ ਕੋਈ ਯਾਦ ਉਹਦੇ ਗਿਰਦ ਚੱਕਰ ਲਾ ਰਹੀ ਏ ਕੁਝ ਯਾਦ ਆਉਣ ਕਰ ਕੁਝ ਯਾਦ ਆਣ ਆਣ ਕਰ ਰਹੀ ਸੀ ਪਰ ਪਕੜ ਚ ਨਹੀਂ ਸੀ ਆ ਰਹੀ ਆਪਣੀ ਘਰ ਚ ਇੱਕ ਪੁਰਾਣਾ ਗ੍ਰਾਮੋਫੋਨ ਵੇਖਿਆ ਜੇ ਰਾਮ ਸਿੰਘ ਨੇ 문ਸ਼ੀ ਨੂੰ ਪੁੱਛਿਆ ਹਾਂ ਜਨਾਬ ਉਹ ਪਿੱਤਲ ਦੇ ਧੂਤੂ ਵਾਲਾ ਉਹ ਇਥੇ ਹਵੇਲੀ ਚ ਹੁੰਦਾ ਸੀ ਰਾਮ ਸਿੰਘ ਨੇ ਦੱਸਿਆ ਮੇਰੇ ਪਿਤਾ ਜੀ ਨੇ ਖਰੀਦਿਆ ਸੀ ਉਹ ਦੱਸਿਆ ਸੀ ਜਨਾਬ ਨੇ ਤੁਸੀਂ ਬਹੁਤ ਸੰਭਾਲ ਕੇ ਰੱਖੀ ਜੇ ਪਿਤਾ ਜੀ ਦੀ ਯਾਦਗਾਰ ਪਿਤਾ ਜੀ ਰੋਜ਼ ਸੁਣਿਆ ਕਰਦੇ ਸੀ ਮੈਂ ਕੋਲ ਬੈਠਾ ਰਹਿੰਦਾ ਇਕ ਰਿਕਾਰਡ ਹੁੰਦਾ ਸੀ ਸੁਣ ਕੇ ਇੰਜ ਲੱਗਦਾ ਸੀ ਕਿ ਕੋਈ ਔਰਤ ਗਾ ਰਹੀ ਹੋਵੇ ਅਸਲ ਚੋ ਇੱਕ ਬੱਚੇ ਦੀ ਆਵਾਜ਼ ਸੀ ਮਾਸਟਰ ਮਦਨ ਜਾਂ ਕੁਝ ਐਸਾ ਹੀ ਨਾਮ ਸੀ ਪਿਤਾ ਜੀ ਕਹਿਆ ਕਰਦੇ ਸੀ ਸੁਣ ਤੇਰੇ ਜੱਡਾ ਮੁੰਡਾ ਗਾਂਦਾ ਜੇ ਰਾਮ ਸਿੰਘ ਨੇ ਦੱਸਿਆ ਨਜ਼ਰ ਉਹਦੀ ਪਾਣੀ ਨੂੰ ਛੋਂਦੀ ਘਾਹ ਦੇ ਟਣਕੇ ਉੱਤੇ ਟਿਕੀ ਹੋਈ ਸੀ ਤੁਹਾਡੇ ਜੱਡਾ ਮੁੰਡਾ ਹਾਂ ਉਦੋਂ ਮੈਂ ਛੋਟਾ ਜਿਹਾ ਮੁੰਡਾ ਹੀ ਤਾਂ ਸੀ ਸੁਣ ਕੇ ਮੁੰਜੀ ਹੱਸ ਪਿਆ ਪਰ ਭੰਡਾਰੀ ਦਾ ਧਿਆਨ ਵਗਦੇ ਪਾਣੀ ਵੱਲ ਹੀ ਰਿਹਾ ਅਚਾਨਕ ਉਹਦੇ ਜ਼ਹਿਨ ਚ ਟਕਟਕਾ ਚੌਂਦਲਿਸ਼ ਕੁਟੇ ਯਾਦ ਤਾਜ਼ਾ ਹੋ ਗਈ ਉਸ ਸਮੇਂ ਦੀ ਯਾਦ ਜਦੋਂ ਛੋਟਾ ਜਿਹਾ ਬਾਲ ਹੁੰਦਾ ਸੀ ਸੰਗੀਤ ਸੰਗੀਤ ਸੁਣਾਈ ਦਿੰਦਾ ਸੀ ਰਾਮ ਸਿੰਘ ਨੇ ਉੱਚੀ ਆਵਾਜ਼ ਚ ਕਿਹਾ ਗ੍ਰਾਮੋਫੋਨ ਸੰਗੀਤ ਸੁਣਨ ਵਾਸਤੇ ਲਿਆਂਦਾ ਸੀ ਪਿਤਾ ਜੀ ਨੇ ਮੁੰਸ਼ੀ ਨੇ ਕਿਹਾ ਨਹੀਂ ਨਹੀਂ ਮੈਂ ਉਹ ਗੱਲ ਨਹੀਂ ਕਰਦਾ ਇੱਥੇ ਖੜੇ ਖੜੇ ਸੰਗੀਤ ਸੁਣਾਈ ਦਿਆ ਕਰਦਾ ਸੀ ਗ੍ਰਾਮੋਫੋਨ ਇੱਥੇ ਵੀ ਲਿਆਉਂਦੇ ਸੀ ਪਿਤਾ ਜੀ ਨਹੀਂ ਇੱਥੇ ਨਹੀਂ ਲੈ ਕੇ ਆਉਂਦੇ ਸੀ ਰਾਮ ਸਿੰਘ ਨੇ ਵਗਦੇ ਪਾਣੀ ਉੱਪਰ ਟਿਕੀ ਕਹਾ ਦੀ țeੜ ਵਾਲੇ ਇਸ਼ਾਰਾ ਕਰਕੇ ਕਿਹਾ ਵੇਖੋ ਇਹਨੂੰ ਮੁਨਸ਼ੀ ਨੇ ਉਸ ਪਾਸੇ ਵੇਖਣਾ ਸ਼ੁਰੂ ਕੀਤਾ ਇੱਥੋਂ ਸੰਗੀਤ ਸੁਣਾਈ ਦਿੰਦਾ ਸੀ ਜਦ ਤੱਕ ਮੈਂ ਅੱਖਾਂ ਮੀਟ ਕੇ ਖੜੋਤਾ ਰਹਿੰਦਾ ਸੰਗੀਤ ਸੁਣਾਈ ਦਿੰਦਾ ਰਹਿੰਦਾ RAM ਸਿੰਘ ਨੇ ਪੱਕੇ ਪੀੜੇ ਸ਼ਬਦਾਂ ਚ ਕਿਹਾ ਪਾਣੀ ਚੋਂ ਨਹੀਂ ਪਾਣੀ ਦੇ ਉੱਤੋਂ ਮੁਨਸ਼ੀ ਨੇ ਭੰਡਾਰੀ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਵੇਖਣ ਨੂੰ ਚੰਗਾ ਭਲਾ ਲੱਗਿਆ ਮੈਂ ਇੱਥੇ ਖੜਾ ਰਹਿੰਦਾ ਸੰਗੀਤ ਸੁਣਾਈ ਦਿੰਦਾ ਰਹਿੰਦਾ ਭੰਡਾਰੀ ਆਪ ਮੁਹਾਰਾ ਬੋਲਦਾ ਗਿਆ ਸੁਣਦੇ ਸੁਣਦੇ ਆਨੰਦ ਨਾਲ ਮੇਰੀਆਂ ਅੱਖਾਂ ਮੀਟੀਆਂ ਗਈਆਂ ਜਾਂਦੀਆਂ ਪਹਿਲਾਂ ਲੱਗਦਾ ਸੀ ਸੰਗੀਤ ਪਾਣੀ ਸਤਾ ਉੱਤੇ ਆ ਰਿਹਾ ਫਿਰ ਮਹਿਸੂਸ ਹੋਣ ਲੱਗਦਾ ਹੈ ਇਹ ਸੰਗੀਤ ਹਰ ਪਾਸੇ ਤੋਂ ਸੁਣਾਈ ਦੇ ਰਿਹਾ ਹੈ ਪੇੜ ਪੌਦਿਆਂ ਵਿੱਚੋਂ ਖੇਤਾਂ ਫਸਲਾਂ ਵਿੱਚੋਂ ਚੰਨ ਤਾਰਿਆਂ 'ਚੋਂ ਆਨੰਦ ਦੀ ਆਨੰਦ ਕੀ ਕਿਹਾ ਜਨਾਬ ਨੇ ਚੰਨ ਤਾਰਿਆਂ 'ਚੋਂ ਸੰਗੀਤ ਹੁੰਦਾ ਸੀ ਤੁਸੀਂ ਰਾਤ ਨੂੰ ਇੱਥੇ ਆਉਂਦੇ ਹੁੰਦੇ ਸੀ 문ਸ਼ੀ ਨੇ ਪੁੱਛਿਆ ਰਾਤ ਨੂੰ ਨਹੀਂ ਸੀ ਆਉਂਦੇ ਖੜੇ ਖੜੇ ਰਾਤ ਹੋ ਜਾਂਦੀ ਸੀ ਤਾਰੇ ਨਿਕਲ ਆਉਂਦੇ ਸੀ ਭੰਡਾਰੀ ਬਾਊ ਨੇ ਕਿਹਾ ਇੰਜ ਲੱਗਦਾ ਸੀ ਉਹਦੀ ਆਵਾਜ਼ ਕਿਤੋਂ ਦੂਰ ਤੋਂ ਆ ਰਹੀ ਹੋਵੇ ਅਸੀਂ ਖੜੇ ਰਹਿੰਦੇ ਖੜੇ ਰਹਿੰਦੇ ਅੱਖਾਂ ਮੀਟ ਕੇ ਸੰਗੀਤ ਚਾਰੇ ਪਾਸੇ ਫੈਲ ਜਾਂਦਾ ਹਨੇਰਾ ਪੈ ਜਾਂਦਾ ਲਬ ਦੇ ਲਬ ਦੇ ਪਿਤਾ ਜੀ ਵੀ ਆ ਜਾਂਦੇ ਬੜੀ ਡਾਂਟ ਪੈਂਦੀ ਜਨਾਬ ਇੱਕ ਗੱਲ ਪੁੱਛਾਂ ਜੇ ਇਜਾਜ਼ਤ ਹੋਵੇ ਤਾਂ ਮੈਂ ਉਸੇ ਨੇ ਪੁੱਛਿਆ ਹਾਂ ਪੁੱਛ ਇਜਾਜ਼ਤ ਹੈ ਇਹ ਪਾਣੀ ਵਾਲਾ ਸੰਗੀਤ ਤੁਹਾਨੂੰ ਕੱਲਿਆਂ ਨੂੰ ਸੁਣਦਾ ਸੀ ਜਾਂ ਆਲੇ ਦੁਆਲੇ ਫਿਰਦੇ ਲੋਕਾਂ ਨੂੰ ਵੀ ਤੁਸੀਂ ਕਿਹਾ ਸੀ ਅਸੀਂ ਖੜੇ ਰਹਿੰਦੇ ਤੁਸੀਂ ਕੌਣ ਕੰ ਭੰਡਾਰੀ ਬਾਉ ਸੋਚੀ ਪੈ ਗਿਆ ਫਿਰ ਬੁਲੇ ਇੱਕ ਮੁੰਡਾ ਹੁੰਦਾ ਸੀ ਤੇ ਇੱਕ ਕੁੜੀ ਦੋਵੇਂ ਭੈਣ ਭਰਾ ਸਨ ਮੁੰਡਾ ਵੱਡਾ ਕੁੜੀ ਛੋਟੀ ਭੰਡਾਰੀ ਬਾਉ ਦਾ ਚਿਹਰਾ ਚਮਕ ਉਠਿਆ ਉਹਨਾਂ ਨੂੰ ਵੀ ਸੁਣਦਾ ਸੀ ਇਹ ਪਾਣੀ ਵਾਲਾ ਸੰਗੀਤ ਮੁੰਸ਼ੀ ਨੇ ਪੁੱਛਿਆ ਹਾਂ ਉਹਨਾਂ ਨੂੰ ਵੀ ਸੁਣਦਾ ਸੀ ਸ਼ਾਇਦ ਉਹ ਵੀ ਅੱਖਾਂ ਮੀਟ ਲੈਂਦੇ ਹੋਣ ਜ ਜਨਾ ਮੇਰੀ ਕਰਜ਼ ਮੰਨ ਸਕਦੇ ਹੋ ਤੁਸੀਂ ਅੱਖਾਂ ਮੀਟ ਕੇ ਵੇਖੋ ਬਾਉ ਰਾਮ ਸਿੰਘ ਭੰਡਾਰੀ ਨੇ ਅੱਖਾਂ ਮੀਟੀਆਂ ਚੋਖਾ ਚਿਰ ਉਸੇ ਮੁਦਰਾਜ ਖੜਾ ਰਿਹਾ ਕੁਝ ਸੁਣਾਈ ਦੇ ਰਿਹਾ ਜਨਾਬ ਮੁੰਸ਼ੀ ਨੇ ਪੁੱਛਿਆ ਨਹੀਂ ਭੰਡਾਰੀ ਬਾਉ ਨੇ ਖਿਜ ਕੇ ਕਿਾ ਨਹੀਂ ਨਹੀਂ ਸੁਣਾਈ ਦਿੰਦਾ ਹੁਣ ਕਿਉਂ ਨਹੀਂ ਸੁਣਾਈ ਦਿੰਦਾ ਹੁਣ ਕੌਣ ਸਾਨੂੰ ਮੁੰਡਾ ਤੇ ਕੁੜੀ ਜਨਾਬ ਹੁਣ ਚਲਣਾ ਚਾਹੀਦਾ ਸਰਪੰਚ ਸਾਹਿਬ ਖਾਣੇ ਵਾਸਤੇ ਇੰਤਜ਼ਾਰ ਕਰਦੇ ਹੋਣਗੇ ਮੁੰਸ਼ੀ ਜੀ ਤੁਸੀਂ ਕੀ ਸਮਝਦੇ ਮੈਂ ਝੂਠ ਬੋਲ ਰਿਹਾ ਭੰਡਾਰੀ ਬਾਊ ਨੇ ਚਿੱਠਾ ਪੈ ਕੇ ਕਿਹਾ ਨਹੀਂ ਜਨਾਬ ਬਿਲਕੁਲ ਨਹੀਂ ਮੁੰਸ਼ੀ ਨੇ ਕਿਹਾ ਬਚਪਨ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਬਚਪਨ ਵਿੱਚ ਤਾਂ ਖਡਾਉਣੇ ਵੀ ਜਿਹਾਉਂਦੇ ਲੱਗਦੇ ਨੇ ਬੱਚੇ ਉਹਨਾਂ ਨਾਲ ਗੱਲਾਂ ਕਰਦੇ ਨੇ ਉਹਨਾਂ ਨੂੰ ਖਵਾਉਂਦੇ ਪਿਆਂਦੇ ਨੇ ਜੋ ਗੱਲ ਵੀ ਮੈਂ ਦੱਸੀਏ ਤੁਸੀਂ ਉਹਨੂੰ ਖੇਡ ਸਮਝਦੇ ਹੋ ਗੁੱਲੀ ਡੰਡੇ ਵਰਗੀ ਖੇਡ ਲੁਕਣ ਮਿੱਟੀ ਵਰਗੀ ਖੇਡ ਨਹੀਂ ਜਨਾਬ ਮੁੰਸ਼ੀ ਬੋਲੇ ਇਹ ਕੋਈ ਬੱਚਿਆਂ ਦੀ ਖੇਡ ਨਹੀਂ ਸੀ ਪੰਡਾਰੀ ਬਾਉ ਨੇ ਕਿਹਾ ਇੰਜ ਜਾਬਦਾ ਸੀ ਜਿਵੇਂ ਜਿਵੇਂ ਅੱਗੇ ਉਹ ਜੋ ਕੋਈ ਦੱਸਣਾ ਚਾਹੁੰਦਾ ਸੀ ਉਹ ਇਸ ਲਈ ਨਹੀਂ ਦੱਸਿਆ ਕਿ ਮੁੰਜੀ ਨੂੰ ਸਮਝ ਨਹੀਂ ਆਏਗਾ ਦੱਸ ਦਿੱਤਾ ਤਾਂ ਵਿਅਰਥ ਜਾਏਗਾ ਮੁੰਜੀ ਕੁਝ ਨਹੀਂ ਬੋਲੇਆ ਕੁਝ ਗੱਲਾਂ ਹੁੰਦੀਆਂ ਨੇ ਜੋ ਬੰਦਾ ਮਹਿਸੂਸ ਕਰਦਾ ਹੈ ਜੋ ਬੋਲ ਦਿੱਤੀਆਂ ਜਾਂ ਤਾਂ ਬिखर ਜਾਂਦੀਆਂ ਨੇ ਜਿਵੇਂ ਘੜੇ 'ਚ ਪਾਣੀ ਸੰਭਾਲਿਆ ਹੁੰਦਾ ਹੈ ਜੇ ਘੜਾ ਟੁੱਟ ਜਾਏ ਪਾਣੀ ਖਿੰਡ ਜਾਂਦਾ ਹੈ ਪੰਡਾਰੀ ਬਾਉ ਨੇ ਕਿਹਾ ਉਹ ਚੁੱਪਚਾਪ ਪਿੰਡ ਵੱਲ ਚੱਲ ਪਏ ਜਿਸ ਰਸਤੇ ਆਏ ਸੀ ਉਹ ਰਸਤੇ ਉੱਤੇ ਨਹੀਂ ਜੋ ਰਸਤਾ ਪਿੰਡ ਵਿੱਚੋਂ ਦੀ ਜਾਂਦਾ ਸੀ ਉਸ ਉੱਤੇ ਭੰਡਾਰੀ ਬਾਬੂ ਉਹਨਾਂ ਬੱਚਿਆਂ ਨੂੰ ਲੱਭਣਾ ਚਾਹੁੰਦਾ ਸੀ ਸ਼ਾਇਦ ਕਿਸੇ ਬਜ਼ੁਰਗ ਚਿਹਰੇ 'ਚ ਲੱਭ ਪੈਣ ਮੁੰਸ਼ੀ ਜੀ ਗੱਲ ਦੱਸੋ ਭੰਡਾਰੀ ਬਾਬੂ ਨੇ ਕਿਹਾ ਪੁੱਛੋ ਜਨਾਬ ਉਮਰ ਨਾਲ ਆਦਮੀ ਦਾ ਚਿਹਰਾ ਕਿੰਨਾ ਕੁ ਬਦਲ ਜਾਂਦਾ ਹੈ ਕਿੰਨੀ ਉਮਰ ਨਾਲ 60 65 ਸਾਲਾਂ ਬਾਅਦ ਫਰਜ਼ ਕਰੋ ਤੁਸੀਂ ਕਿਸੇ ਨੂੰ 6 7 ਸਾਲ ਦੀ ਉਮਰ 'ਚ ਵੇਖਿਆ ਹੋਵੇ 60 ਸਾਲ ਬਾਅਦ ਸਾਹਮਣੇ ਆ ਜਾਏ ਤੇ ਉਹਨੂੰ ਪਛਾਣ ਲਓਗੇ ਕਿ ਨਹੀਂ ਨਹੀਂ ਬਹੁਤ ਬਦਲ ਗਿਆ ਹੋਵੇਗਾ ਮੁੰਸ਼ੀ ਨੇ ਕਿਹਾ ਤੁਸੀਂ ਕੀ ਦੀ ਗੱਲ ਕਰਦੇ ਹੋ ਪੰਡਾਰੀ ਬਾਉ ਨੇ ਕੁਛ ਨਹੀਂ ਕਿਹਾ ਬਹੁਤ ਮੁਸ਼ਕਿਲ ਕੰਮ ਹੈ ਨਾ ਮੁਮਕਨ ਕੀ ਮੁਸ਼ਕਿਲ ਆਪੇ ਜਨਾਬ ਮੈਨੂੰ ਹੁਕਮ ਕਰੋ ਨਾ ਉਹ ਪਿੰਡ ਚ ਪੁੱਜ ਗਏ ਕੋਈ ਬੱਚਾ ਵਿਖਾਈ ਦਿੰਦਾ ਪੰਡਾਰੀ ਬਾਉ ਦਾ ਧਿਆਨ ਉਸ ਵੱਲ ਖਿੱਚਿਆ ਜਾਂਦਾ ਉਹ ਆਪਣੇ ਆਪ ਨੂੰ ਯਾਦ ਕਰਾਉਂਦਾ ਹੁਣ ਤੱਕ ਉਹ ਬੱਚੇ ਉਹਦੇ ਆਪਣੇ ਵਾਂਗੂ ਬੁੱਢੇ ਹੋ ਗਏ ਹੋਣਗੇ ਪਤਾ ਨਹੀਂ ਉਹ ਬੱਚੇ ਹੁਣ ਕਿੱਥੇ ਹੋਣਗੇ ਹੋਣਗੇ ਵੀ ਕਿ ਨਹੀਂ ਖਾਣਾ ਹਵੇਲੀ ਚੋਂ ਮੰਗਵਾ ਲਿਆ ਜਿਹੜੀ ਚੋਗ ਵਾਂਗ ਪੰਡਾਰੀ ਬਾਉ ਨੇ ਖਾ ਲਿਆ ਮੁਨਸ਼ੀ ਗੁਲਾਬ ਚੰਦ ਆਪਣੇ ਕਮਰੇ 'ਚ ਚਲਾ ਗਿਆ ਨਿਧਾਨ ਸਿੰਘ ਤੇ ਰਾਮ ਸਿੰਘ ਇਕੱਲੇ ਰਹਿ ਗਏ ਰਾਮ ਸਿੰਘ ਸਮਾਗਮ ਠੀਕ ਹੋ ਗਿਆ ਨਿਧਾਨ ਸਿੰਘ ਨੇ ਪੁੱਛਿਆ ਬਹੁਤ ਵਧੀਆ ਇਹ ਸਭ ਤੇਰੇ ਉਦਮ ਨਾਲ ਹੋਇਆ ਫਿਰ ਖੁਸ਼ ਕਿਉਂ ਨਹੀਂ ਮੈਂ ਬਹੁਤ ਖੁਸ਼ ਹਾਂ ਰਾਮ ਸਿੰਘ ਨੇ ਦੱਸਿਆ ਚੁੱਪ ਗਿਓਏ ਫਿਰ ਕੋਈ ਗੱਲ ਕਰ ਅਸ਼ੋਕ ਕਿਉਂ ਨਹੀਂ ਆਇਆ ਕੀ ਹਾਲ ਚਾਲ ਹੈ ਉਹਦਾ ਬਾਹੂ ਰਾਮ ਸਿੰਘ ਭੰਡਾਰੀ ਤੇ ਨਿਧਾਨ ਸਿੰਘ ਨਾ ਬਚਪਨ 'ਚ ਇਕੱਠੇ ਖੇਡੇ ਸੀ ਨਾ ਪੜ੍ਹੇ ਸੀ ਨਾ ਹੀ ਇੱਕੋ ਥਾਲੀ 'ਚ ਖਾਣ ਵਾਲੀ ਕੋਈ ਗੱਲ ਸੀ ਗੱਲ ਕਰਨ ਵਾਸਤੇ ਬਚਪਨ ਦੀ ਕੋਈ ਯਾਦ ਉਹਨਾਂ ਕੋਲ ਨਹੀਂ ਸੀ ਫੇਰ ਵੀ ਉਹ ਗੂੜੇ ਦੋਸਤ ਸਨ ਦੋਸਤੀ ਉਹਨਾਂ ਨੂੰ ਵਿਰਸੇ 'ਚ ਮਿਲੀ ਹੋਈ ਸੀ ਉਹਨਾਂ ਦੇ ਬਾਪ ਦੋਸਤ ਸਨ ਇਸ ਲਈ ਉਹਨਾਂ ਦੀ ਵੀ ਦੋਸਤੀ ਹੋ ਗਈ ਅਸ਼ੋਕ ਬਾਬੂ ਰਸਤੇ ਤੋਂ ਭਟ ਗਿਆ ਜਾਂਦਾ ਹੈ ਰਾਮ ਸਿੰਘ ਨੇ ਕਿਹਾ ਕੁਝ ਸਮਝ ਨਹੀਂ ਆਉਂਦੀ ਉਹਦੀ ਅੱਜਕੱਲ੍ਹ ਘਰ 'ਚ ਕੋਈ ਗੜਬੜ ਕਰਦਾ ਹੈ ਨਹੀਂ ਉਹ ਗੱਲ ਨਹੀਂ ਰਾਮ ਸਿੰਘ ਦੱਸਣ ਲੱਗਾ ਉਹਨੇ ਇੱਕ ਨਵੀਂ ਕੰਪਨੀ ਬਣਾ ਲਈ ਭੰਡਾਰੀ ਕੈਪੀਟਲਸ ਸ਼ੇਅਰ ਦਾ ਕਾਰੋਬਾਰ ਸ਼ੁਰੂ ਕਰ ਲਿਆ ਜਾਏ ਇਹ ਤਾਂ ਚੰਗੀ ਗੱਲ ਉਹ ਕੰਮ ਨੂੰ ਅੱਗੇ ਵਧਾ ਰਿਹਾ ਹੈ ਨਿਧਾਨ ਸਿੰਘ ਨੇ ਸਾਦਗੀ ਨਾਲ ਕਿਹਾ ਗੜਬੜੇ ਆ ਸਾਡੀਆਂ ਕਾਗਜ਼ ਦੀਆਂ ਮੇਲਾਂ ਖੂਬ ਚੱਲ ਰਹੀਆਂ ਨੇ ਬਹੁਤ ਮੁਨਾਫਾ ਦੇ ਰਹੀਆਂ ਨੇ ਵਿਦੇਸ਼ਾਂ ਨੂੰ ਸਾਡਾ ਕਾਗਜ਼ ਜਾਂਦਾ ਤਿੰਨ ਪੁਛਤਾਂ ਹੋ ਗਈਆਂ ਕੰਮ ਕਰਦੇ ਆ ਫਿਰ ਨਵੀਂ ਕੰਪਨੀ ਖੋਲਣ ਦੀ ਕੀ ਲੋੜ ਸੀ ਜਿਸ ਲਾਈਨ ਦਾ ਤਜਰਬਾ ਨਾ ਹੋਵੇ ਉਸ ਤੇ ਖਤਰਾ ਹੀ ਖਤਰਾ ਹੈ ਭੰਡਾਰੀ ਬਾਉ ਨੇ ਥੋੜਾ ਰੁੱਕ ਕੇ ਕਿਹਾ ਅਸਲ ਚੋ ਡਰਿਆ ਹੋਇਆ ਡਰਿਆ ਹੋਇਆ ਡਰੋਂ ਨੂੰ ਕਿਸ ਗੱਲ ਦਾ ਅੱਡੇ ਚੱਲਦੇ ਪੁਰਜੇ ਤੁਸੀਂ ਲੋਕ ਸਾਰੀ ਸਰਕਾਰ ਤੁਹਾਨੂੰ ਜਾਣਦੀ ਡਰ ਕਿਸ ਗੱਲ ਦਾ ਫਿਰ ਉਹ じゃ ਕੋਈ ਡਰ ਨਹੀਂ ਉਹ ਕਹਿੰਦਾ ਵਿਦੇਸ਼ੀ ਕੰਪਨੀਆਂ ਆ ਰਹੀਆਂ ਨੇ ਦੇਸ਼ ਵਿੱਚ ਕੋਈ ਐਸੀ ਕੰਪਨੀ ਆ ਗਈ ਜੋ ਬਹੁਤ ਸਸਤਾ ਕਾਗਜ਼ ਤਿਆਰ ਹੋਣ ਲੱਗ ਪਈ ਫਿਰ ਕਾਗਜ਼ ਨਹੀਂ ਵਿਕੇਗਾ ਸਾਡਾ ਸਾਡੀਆਂ ਮੇਲਾ ਬੰਦ ਹੋ ਜਾਣਗੀਆਂ ਕਦੀ ਕਹਿੰਦਾ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਕਾਗਜ਼ ਦੀ ਲੋੜ ਹੀ ਨਹੀਂ ਰਹਿਣੀ ਇਸ ਲਈ ਸਾਰੇ ਅੰਡੇ ਇੱਕੋ ਟੋਕਰੀ 'ਚ ਨਹੀਂ ਰੱਖਣੇ ਚਾਹੀਦੇ ਨਵੇਂ ਕਾਰੋਬਾਰ ਜ਼ਰੂਰ ਕਰਨੇ ਚਾਹੀਦੇ ਕਾਗਜ਼ ਦੀ ਲੋੜ ਕਿਉਂ ਨਹੀਂ ਰਣੀ ਨਿਧਾਨ ਸਿੰਘ ਨੇ ਕਿਹਾ ਕਾਗਜ਼ ਤੋਂ ਬਿਨਾ ਕੰਮ ਕਿਵੇਂ ਚੱਲ ਸਕਦੇ ਨੇ ਬੱਚਿਆਂ ਦੇ ਬਸਤੇ ਤਾਂ ਦਿਨੋ-ਦਿਨੀ ਭਾਰੀ ਹੋ ਜਾਂਦੇ ਨੇ ਕਾਗਜ਼ ਤੋਂ ਬਿਨਾ ਕੰਮ ਕਿਵੇਂ ਚੱਲ ਸਕਦੇ ਆ ਜ਼ਮਾਨਾ ਹੀ ਕਾਗਜ਼ ਦਾ ਅੱਜਕੱਲ ਤਾਂ ਭੰਡਾਰੀ ਬਾਉ ਨੂੰ ਪਤਾ ਸੀ ਨਿਧਾਨ ਸਿੰਘ ਕਾਰੋਬਾਰ ਦੀਆਂ ਬਰੀਕੀਆਂ ਨਹੀਂ ਸਮਝਦਾ ਸੁਭ ਚਿੰਤਕ ਸੀ ਇਸ ਲਈ ਆਪਣੇ ਮਨ ਦੀ ਪੜਾਹਸ ਕੱਢ ਰਿਹਾ ਸੀ ਪਰ ਕਾਗਜ਼ ਤੋਂ ਬਿਨਾ ਕੰਮ ਕਿਵੇਂ ਚੱਲ ਸਕਦੇ ਨੇ ਭੰਡਾਰੀ ਬਾਉ ਨੂੰ ਚੁੱਪ ਵੇਖ ਕੇ ਨਿਧਾਨ ਸਿੰਘ ਨੇ ਪੁੱਛਿਆ ਅਸ਼ੋਕ ਕਹਿੰਦਾ ਲੋਕ ਕੰਪਿਊਟਰ ਵਰਤਿਆ ਕਰਨਗੇ ਬੱਚੇ ਬੈਗ ਦੀ ਤਾਂ ਨਿੱਕਾ ਜਿਹਾ ਕੰਪਿਊਟਰ ਜੇਬ 'ਚ ਪਾ ਕੇ ਸਕੂਲ ਜਾਇਆ ਕਰਨਗੇ। ਭੰਡਾਰੀ ਬਾਉ ਨੇ ਕਿਹਾ ਇਸ ਤਰ੍ਹਾਂ ਹੋ ਸਕਦਾ। ਹੋ ਵੀ ਸਕਦਾ। ਪਰ ਢਿੱਡੀ ਚੇਤੀ ਨਹੀਂ ਅਸੀਂ ਸੁਭਾਅ ਵੱਜੋਂ ਸੁਸਤ ਲੋਕ ਆ। ਰੱਬ ਦੀਆਂ ਦਿੱਤੀਆਂ ਖਾਣ ਵਾਲੇ ਭੰਡਾਰੀ ਬਾਉ ਨੇ ਕਿਹਾ। ਬਸ ਫਿਰ ਰੱਬ ਤੇ ਭਰੋਸਾ ਰੱਖੋ। ਸਭ ਦਾ ਪਾਲਣ ਾਰ ਉਹੀ ਐ। ਨਿਧਾਨ ਸਿੰਘ ਨੇ ਤੋੜ ਕਰ ਦਿੱਤਾ। ਕਿਸੇ ਵੀ ਗੱਲ ਦਾ ਤੋੜ ਕਰਨ ਵਾਸਤੇ ਰੱਬ ਬਹੁਤ ਵਧੀਆ ਫੁੱਲ ਸਟਾਪ ਦਾ ਕੰਮ ਕਰ ਦਿੰਦਾ। ਪੰਡਾਰੀ ਬਾਉ ਗੱਲਾਂ ਨਿਧਾਨ ਸਿੰਘ ਨਾਲ ਕਰ ਰਿਹਾ ਸੀ ਪਰ ਉਹਦਾ ਧਿਆਨ ਉਸ ਮੁੰਡੇ ਕੁੜੀ ਵੱਲ ਸੀ ਜਿਨ੍ਹਾਂ ਦੀ ਸੰਗਤ 'ਚ ਉਹ ਅਲੌਕਿਕ ਸੰਗੀਤ ਸੁਣਾਈ ਦਿਆ ਕਰਦਾ ਸੀ ਗੱਲਬਾਤ ਸਮਾਪਤ ਹੋਣ ਤੇ ਉਹਨੂੰ ਆਰਾਮ ਜਿਹਾ ਮਹਿਸੂਸ ਹੋਇਆ ਆਪਣੀ ਉਮਰ ਦੇ ਕਿੰਨੇ ਕ ਬੰਦੇ ਹੋਣਗੇ ਪਿੰਡ 'ਚ ਅਚਾਨਕ ਪੰਡਾਰੀ ਬਾਉ ਨੇ ਪੁੱਛਿਆ ਬਹੁਤੇ ਨਹੀਂ ਨਿਧਾਨ ਸਿੰਘ ਅੰਦਾਜ਼ਾ ਲਾਉਣ ਲੱਗ ਪਿਆ ਫਿਰ ਤਾਂ ਪੰਡਾਰੀ ਬਾਉ ਕਹਿਣਾ ਚਾਹੁੰਦਾ ਸੀ ਫਿਰ ਤਾਂ ਮਿਲਿਆ ਜਾ ਸਕਦਾ ਹੈ ਪਰ ਸੋਚ ਕੇ ਬੋਲੇ ਫਿਰ ਤਾਂ ਗਿਣੇ ਜਾ ਸਕਦੇ ਨੇ ਇਨੇ ਨੂੰ ਨਿਧਾਨ ਸਿੰਘ ਨੇ ਗਿਣ ਲਏ 10-12 ਹੋਣਗੇ ਕੁਝ ਆਪਣੇ ਤੋਂ ਛੋਟੇ ਕੁਝ ਆਪਣੇ ਤੋਂ ਵੱਡੇ ਜੋ ਸਾਡੇ ਨਾਲ ਕੰਮ ਕਰਿਆ ਕਰਦੇ ਸੀ ਉਹਨਾਂ ਚੋਂ ਕੋਈ ਹੈ ਹਾਂ ਇੱਕ ਹੈ ਅਮਰੂ ਉਹ ਹੀ ਸਭ ਤੋਂ ਵੱਡੇ ਰੀ ਉਮਰ ਦਾ ਬੰਦਾ ਹੈ ਪਿੰਡ 'ਚ ਨਿਧਾਨ ਸਿੰਘ ਨੇ ਦੱਸਿਆ ਤੁਰਿਆ ਫਿਰਦਾ ਹੈ ਜਾਂ ਮਿਲ ਸਕਦੇ ਆ ਉਹਨੂੰ ਅੱਜ ਕੱਲ ਘਰ ਹੀ ਪਿਆ ਰਹਿੰਦਾ ਹੈ ਪਿਛਲੇ ਹਫ਼ਤੇ ਅੱਖ ਬਣਾਈ ਸੀ ਉਹਨੇ ਨਹੀਂ ਤਾਂ ਤੁਹਾਡੇ ਆਉਣ ਦੀ ਖ਼ਬਰ ਸੁਣ ਕੇ ਆਪ ਹੀ ਆ ਜਾਂਦਾ ਤੇ ਜਦ ਵੀ ਮਿਲਦਾ ਤੁਹਾਡੇ ਪਰਿਵਾਰ ਬਾਰੇ ਪੁੱਛਦਾ ਰਹਿੰਦਾ ਮਿਲਣ ਦੀ ਕੀ ਲੋੜ ਪੈ ਗਈ ਨਿਧਾਨ ਸਿੰਘ ਨੂੰ ਮਿਲਣ ਵਾਲੀ ਗੱਲ ਬੜੀ ਅਜੀਬ ਲੱਗੀ ਜਾਗਦੇ ਆ ਉਡੀਕਦੇ ਆ ਵਿਚ ਐਨੀ ਚ ਰਾਮ ਬਾਬੂ ਨੇ ਦੁਪਹਿਰ ਨੂੰ ਸ਼ਾਮ ਕੀਤਾ ਸ਼ਾਮ ਨੂੰ ਉਹ ਅਮਰੂ ਦੇ ਘਰ ਪੁੱਜ ਗਏ ਅਮਰ ਸਿਆ ਘਾਰੀਏ ਨਿਧਾਨ ਸਿੰਘ ਨੇ ਬੂਹੇ ਅੱਗੇ ਖੜੋ ਕੇ ਆਵਾਜ਼ ਦਿੱਤੀ ਆਜੋ ਸਰਪੰਨ ਸਾਹਿਬ ਲੰਘ ਆਓ ਘਰ ਅੰਦਰੋਂ ਅਮਰੂ ਦੀ ਆਵਾਜ਼ ਆਈ ਅੰਦਰ ਇੱਕ ਢਿਲੀ ਜੀ ਮੰਜੀ ਤੇ ਹੱਡੀਆਂ ਦਾ ਪਿੰਜਰ ਲਟਿਆ ਸੀ ਉਹਦੀ ਇੱਕ ਅੱਖ ਹਰੀ ਟਾਕੀ ਨਾਲ ਟਕੀ ਹੋਈ ਸੀ ਆ ਵੇਖ ਕੌਣ ਆਇਆ ਨਿਧਾਨ ਸਿੰਘ ਨੇ ਕਿਹਾ ਭੰਡਾਰੀ ਸਾਹਿਬ ਆਪਣੇ ਭੰਡਾਰੀ ਬਾਹ ਤੁਹਾਨੂੰ ਭਾਗ ਤੁਹਾਨੂੰ ਭਾਗ ਅਮਰੂ ਨੇ ਬੈਠਣ ਦਾ ਯਤਨ ਕੀਤਾ ਸਾਤ ਸ੍ਰੀ ਕਾਲ ਜੀ ਤਗੜਾ ਅਮਰ ਸਿੰਘ ਭੰਡਾਰੀ ਬਾਉ ਨੇ ਪੁੱਛਿਆ ਤਗੜੇ ਆ ਜੀ ਹੁਣ ਤਗੜੇ ਕਾਹਦੇ ਤੇ ਮਾੜੇ ਕਾਹਦੇ ਜੀ ਹੁਣ ਤਾਂ ਚਲੋ ਚਲੀ ਦਾ ਵੇਲਾ ਆ ਗਿਆ ਜਿਵੇਂ ਆਂਦੇ ਹੁੰਦੇ ਆ ਆ ਤਾਂ ਤੁਸੀਂ ਬੜਾ ਪਕਾਰ ਕੀਤਾ ਜੀ ਦਰਸ਼ਨ ਦੇਣ ਆਲਾ ਘਰ ਦੇ ਛੋਟੇ ਜਿਹੇ ਵੇੜੇ 'ਚੋਂ ਡੰਗਰਾਂ ਦੇ ਮਲਮੂਤਰ ਦੀ ਬਦਬੂ ਆ ਰਹੀ ਸੀ ਉਹਨਾਂ ਦੇ ਬੈਠਣ ਵਾਸਤੇ ਇੱਕ ਔਰਤ ਮੰਝਾ ਲੈਈ ਉਹ ਠਿੱਲਾ ਸੀ ਦੋ ਬੰਦੇ ਸਿਰ ਬਾਹੀ ਤੇ ਬੈਠ ਸਕਦੇ ਸੀ ਅਜੇ ਵਾਤਾਵਰਣ ਦੀ ਬੈਟ ਕੀ ਫਾਲਤੂ ਗੱਲਾਂ ਕਰਨੀਆਂ ਤੇ ਉਹਨਾਂ ਚੋਂ ਆਪਣੇ ਮਤਲਬ ਦੀ ਗੱਲ ਪਾੜਨੀ ਭੰਡਾਰੀ ਬਾਉ ਨੂੰ ਬਿਲਕੁਲ ਅਸੰਭਵ ਰੂਪ ਜਾਪ ਰਿਹਾ ਸੀ ਉਹਨੇ ਖੜੇ ਖੜੇ ਸਵਾਲ ਕੀਤਾ ਅਮਰ ਸਿੰਘ ਜਿਸ ਸਾਲ ਅਸੀਂ ਸ਼ਹਿਰ ਗਏ ਸੀ ਉਹ ਸਾਲ ਤੁਸੀਂ ਸਾਡੇ ਘਰ ਨਾਲ ਹੀ ਕੰਮ ਕਰਦੇ ਹੁੰਦੇ ਸੀ ਹਾਂ ਉਹਦੋਂ ਮੈਂ ਆਪਣੇ ਘਰ ਨਾਲ ਹੀ ਸੀ ਪੱਕੀ ਸੜਕ ਤੱਕ ਮੈਂ ਟਰੱਕ ਦੇ ਨਾਲ ਗਿਆ ਸੀ ਬਹੁਤ ਖਰਾਬ ਰਸਤਾ ਸੀ ਜਿਵੇਂ ਆਂਦੇ ਹੁੰਦੇ ਆ ਤੁਰਨਾ ਔਖਾ ਸੀ ਅਮਰੂ ਨੇ ਕਿਹਾ ਤੁਸੀਂ ਉਹਦੋਂ ਕਿੱਡੇ ਸੀ ਮੇਰਾ ਮਤਲਬ ਕਿੰਨੀ ਕੁ ਉਮਰ ਸੀ ਤੁਹਾਡੀ ਮੈਂ ਚੰਗਾ ਉਡਾਰ ਸੀ ਜੀ ਹਲਵਾ ਲੈਂਦਾ ਸੀ ਬਜਾਈ ਕਰਨੀ ਨਹੀਂ ਸੀ ਆਉਂਦੀ ਬਜਾਈ ਮੇਰਾ ਬਾਪ ਹੀ ਕਰਦਾ ਹੁੰਦਾ ਸੀ ਤੁਹਾਨੂੰ ਕੋਈ ਯਾਦ ਹੈ ਸਾਡੇ ਘਰ ਕੌਣ ਬੱਚੇ ਆਇਆ ਕਰਦੇ ਸੀ ਮੈਂ ਕਿਹਦੇ ਬੱਚਿਆਂ ਨਾਲ ਖੇਡਦਾ ਹੁੰਦਾ ਸੀ ਅ므ਰੂ ਯਾਦ ਕਰਨ ਲਈ ਚੁੱਪ ਹੋ ਗਿਆ ਯਾਦ ਨਹੀਂ ਜੀ ਐਵੇਂ ਆਖੇ ਨਿਆਣੇ ਇੰਨਾ ਜਿਆਦਾ ਇੱਕ ਘੋੜੀ ਹੁੰਦੀ ਸੀ ਚਿੱਟੀ ਤੁਸੀਂ ਉਹਦੇ ਉੱਤੇ ਚੜ੍ਹਨ ਵਾਸਤੇ ਜਿੱਦ ਕਰਦੇ ਹੁੰਦੇ ਸੀ ਉੱਤੇ ਬਿਠਾ ਕੇ ਮੈਂ ਬਾਗ ਫੜ ਕੇ ਘੋੜੀ ਨੂੰ ਤੋਰਦਾ ਹੁੰਦਾ ਸੀ ਬਸ ਹੋਰ ਕੁਝ ਨਹੀਂ ਯਾਦ ਜੀ ਤੁਸੀਂ ਨਿੱਕੇ ਹੁੰਦੇ ਦੂਏ ਚੌਥੇ ਬਹੁਤ ਰਿਆਣ ਕਰਦੇ ਹੁੰਦੇ ਸੀ ਘੋੜੀ ਤੇ ਬੈਠਣ ਵਾਸਤੇ ਔਰ ਕੁਝ ਨਹੀਂ ਯਾਦ ਚਿਰ ਵੀ ਬਹੁਤ ਹੋ ਗਿਆ ਜੀ ਸਦੀ ਪਲਟ ਗਈ ਜਿਵੇਂ ਆਂਦੇ ਹੁੰਦੇ ਆ ਜੀ ਅਮਰੂ ਨੇ ਬੇਵਸੀ ਦਸੀ ਇਹਨਾਂ ਦਾ ਯਾਦ ਹੋਏਗਾ ਘਰ 'ਚ ਕੋਈ ਬੱਚਾ ਆਉਂਦਾ ਸੀ ਕਦੀ ਬੱਚੇ ਖੇਡਦੇ ਨਹੀਂ ਵੇਖੇ ਘਰ 'ਚ ਯਾਦ ਕਰੋ ਇੱਕ ਪਟਵਾਰੀ ਰਹਿੰਦਾ ਹੁੰਦਾ ਸੀ ਹਵੇਲੀ 'ਚ ਪਟਵਾਰੀ ਤਾਂ ਸਦੂਈ ਰਹਿੰਦਾ ਆਇਆ ਅੱਜ ਵੀ ਪਟਵਾਰੀ ਹਵੇਲੀ 'ਚ ਹੀ ਰਹਿੰਦਾ ਹੈ ਸ਼ਾਇਦ ਕਿਸੇ ਪਟਵਾਰੀ ਦੇ ਬੱਚਿਆਂ ਨਾਲ ਖੇਡਦੇ ਰਹੇ ਹੋ ਪੱਕਾ ਯਾਦ ਨਹੀਂ ਜੀ ਐਵੇਂ ਆਖੇ ਪਟਵਾਰੀ ਦੇ ਬੱਚੇ ਹਾਂ ਹੋ ਸਕਦਾ ਪਟਵਾਰੀ ਦੇ ਬੱਚੇ ਹੋਣ ਭੰਡਾਰੀ ਬਾਉ ਨੂੰ ਉਮੀਦ थी ਕਿਰਨ ਵਿਖਾਈ ਦਿੱਤੀ ਰਸਤੇ 'ਚ ਰਾਮ ਸਿੰਘ ਬਾਉ ਨੇ ਨਿਧਾਨ ਸਿੰਘ ਨੂੰ ਪੁੱਛਿਆ ਜੋ ਪਟਵਾਰੀ ਇੱਥੇ ਰਹਿੰਦੇ ਰਹੇ ਨੇ ਉਹਨਾਂ ਦੇ ਨਾਂ ਪਤੇ ਲੱਭੇ ਜਾ ਸਕਦੇ ਆ ਤਹਿਸੀਲ 'ਚੋਂ ਪਤਾ ਲੱਗ ਸਕਦਾ ਨਿਧਾਨ ਸਿੰਘ ਨੇ ਕਿਹਾ ਪਰ ਪਤਾ ਕਰਨ ਦੀ ਲੋੜ ਕੀ ਪੈਗੀ ਕੱਲ ਮੁੰਸ਼ੀ ਨੂੰ ਭੇਜਾਂਗੇ ਤਹਿਸੀਲ ਦੇ ਦਫ਼ਤਰ ਭੰਡਾਰੀ ਬਾਉ ਆਪਣੇ ਧਿਆਨ ਬੋਲੇਆ ਕੋਈ ਜਾਣ ਪਛਾਣ ਹੈ ਤਹਿਸੀਲ 'ਚ ਜਾਣ ਪਛਾਣ ਤਾਂ ਹੈ ਪਰ ਪਤਾ ਕਰਨ ਦੀ ਲੋੜ ਕੀ ਪੈਗੀ ਮੈਨੂੰ ਸਮਝ ਨਹੀਂ ਆ ਰਹੀ ਨਿਧਾਨ ਸਿੰਘ ਨੇ ਕਿਹਾ ਭੰਡਾਰੀ ਬਾਉ ਚੁੱਪ ਰਿਹਾ ਹਵੇਲੀ 'ਚ ਪਹੁੰਚੇ ਮੁਨਸੀ ਗੁਲਾਬਚੰਦ ਉਹਨਾਂ ਦੀ ਉਡੀਕ ਕਰ ਰਿਹਾ ਸੀ ਲੱਗਿਆ ਕੁਝ ਪਤਾ ਮੁਨਸੀ ਨੇ ਪੁੱਛਿਆ ਕਿਸ ਚੀਜ਼ ਦਾ ਪਤਾ ਨਿਧਾਨ ਸਿੰਘ ਹੈਰਾਨ ਹੋ ਰਿਹਾ ਸੀ ਉਹ ਬੱਚਿਆਂ ਦਾ ਪਤਾ ਮੁਨਸੀ ਬੋਲਿਆ ਉਹਨਾਂ ਬੱਚਿਆਂ ਦਾ ਜਿਹੜੇ ਬਾਉ ਜੀ ਨਾਲ ਬਚਪਨ ਚ ਖੇਡਿਆ ਕਰਦੇ ਸੀ ਪਰ ਕਿਉਂ ਨਿਧਾਨ ਸਿੰਘ ਨੂੰ ਚੜ ਰਹੀ ਸੀ ਮੁਨਸੀ ਗੁਲਾਬਚੰਦ ਨੇ ਭੰਡਾਰੀ ਬਾਉ ਦੇ ਚਿਹਰੇ ਵੱਲ ਵੇਖਿਆ ਇਹ ਜਾਣਨ ਵਾਸਤੇ ਕਿ ਉਹ ਕੀ ਦੱਸੇਗਾ ਤੇ ਕਿਵੇਂ ਦੱਸੇਗਾ ਪਰ ਭੰਡਾਰੀ ਬਾਉ ਨੇ ਕੁਝ ਨਹੀਂ ਦੱਸਿਆ ਕੁਝ ਲੋਕ ਭੰਡਾਰੀ ਬਾਊ ਰਾਮ ਸਿੰਘ ਨੂੰ ਮਿਲਣ ਆਏ ਹੋਏ ਸੀ ਪਰ ਉਹ ਇਸ ਵਕਤ ਕਿਸੇ ਨੂੰ ਮਿਲਣਾ ਨਹੀਂ ਸੀ ਚਾਹੁੰਦਾ ਹਵੇਲੀ ਦੀਆਂ ਰਵਿਸ਼ਾਂ ਉੱਤੇ ਟਹਿਲਦਾ ਰਿਹਾ ਔਨ ਸਾਨੂੰ ਬੱਚੇ ਉਹ ਮੁੰਡਾ ਕੁੜੀ ਉਹ ਸੰਗੀਤ ਉਹਨਾਂ ਨੂੰ ਵੀ ਸੁਣਦਾ ਸੀ ਜਾਂ ਸਿਰਫ ਉਹਨਾਂ ਕਰਕੇ ਹੀ ਸੁਣਦਾ ਸੀ ਇਹੀ ਖਿਆਲ ਉਹਨੂੰ ਬਾਰ-ਬਾਰ ਆਉਂਦਾ ਰਿਹਾ ਰਾਤ ਹੋ ਗਈ ਖਾਣਾ ਖਾਦਾ ਗਿਆ ਨਿਧਾਨ ਸਿੰਘ ਯਤਨ ਕਰਦਾ ਰਿਹਾ ਭੰਡਾਰੀ ਬਾਊ ਨੂੰ ਗੱਲ ਲਾਣ ਦਾ ਪਰ ਉਹ ਸੁੰਗੜਿਆ ਹੀ ਰਿਹਾ ਅਖੀਰ ਨਿਧਾਨ ਸਿੰਘ ਨੇ ਕਿਹਾ ਚੰਗਾ ਮੈਂ ਚੱਲਦਾ ਠੀਕ ਹੈ ਸੋਝੋ ਤੁਸੀਂ ਭੰਡਾਰੀ ਬਾਉ ਨੇ ਝਟ ਕਹਿਤਾ ਨਿਦਾਨ ਸਿੰਘ ਨੂੰ ਹੈਰਾਨੀ ਹੋਈ ਦਿਨ ਚੜਿਆ ਚਾ ਆ ਗਈ ਪਰ ਭੰਡਾਰੀ ਬਾਉ ਕਿਤੇ ਵਿਖਾਈ ਨਹੀਂ ਸੀ ਦੇ ਰਿਹਾ ਇਧਰ ਉਧਰ ਵੇਖਿਆ ਭੰਡਾਰੀ ਬਾਉ ਕਿਤੇ ਵਿਖਾਈ ਨਹੀਂ ਦਿੱਤਾ ਮੈਨੂੰ ਪਤਾ ਬਾਉ ਜੀ ਕਿੱਥੇ ਹੋਣਗੇ ਮੁੰਸ਼ੀ ਗੁਲਾਬ ਚੰਦ ਨੇ ਕਿਹਾ ਉਹ ਖੇਤਾਂ ਵੱਲ ਨਿਕਲ ਗਏ ਆਪਣਾ ਗਵਾਚਿਆ ਸੰਗੀਤ ਲੱਭਣ ਵਾਸਤੇ ਗਵਾਚਿਆ ਸੰਗੀਤ ਨਿਦਾਨ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ ਕਿਸੇ ਦੀ ਮੱਝ ਗਵਾਚ ਗਈ ਮੇਲੇ 'ਚ ਕਿਸੇ ਦਾ ਬੱਚਾ ਗੁੰਮ ਗਿਆ ਇਹ ਤਾਂ ਸੁਣਦੇ ਆਏ ਸੀ ਪਰ ਕਿਸੇ ਦਾ ਸੰਗੀਤ ਗਵਾਚ ਗਿਆ ਇਹ ਤਾਂ ਪਹਿਲੀ ਵਾਰ ਸੁਣਿਆ ਮੁੰਸੀ ਗੁਲਾਬਚੰਦ ਨੇ ਕੱਲ੍ਹ ਵਾਲੀ ਘਟਨਾ ਨਿਧਾਨ ਸਿੰਘ ਨੂੰ ਦੱਸਦੀ ਕਿਸ ਤਰ੍ਹਾਂ ਬਾਉ ਜੀ ਆਪਣੇ ਬਚਪਨ ਚ ਖਾਲ ਦੇ ਵਗਦੇ ਪਾਣੀ ਤੇ ਟਿਕੇ ਘਾਹ ਦੇ ਤਣਕੇ ਨੂੰ ਵੇਖਦੇ ਰਹਿੰਦੇ ਨੇ ਉਸ ਤੋਂ ਸੰਗੀਤ ਸੁਣਾਈ ਦੇਣ ਲੱਗ ਪੈਂਦਾ ਉਹ ਹੁਣ ਵੀ ਸੰਗੀਤ ਸੁਣਨਾ ਚਾਹੁੰਦੇ ਆ ਪਾਣੀ ਚੋਂ ਸੰਗੀਤ ਨਿਧਾਨ ਸਿੰਘ ਹੈਰਾਨ ਹੋ ਗਿਆ ਹਾਂ ਇਹੀ ਦੱਸਿਆ ਸੀ ਬਾਉ ਜੀ ਨੇ ਸੰਗੀਤ ਨਿਕਲਦਾ ਪਾਣੀ ਚੋਂ ਸੀ ਪਰ ਹਰ ਚੀਜ਼ ਚੋਂ ਸੁਣਾਈ ਦੇਣ ਲੱਗਦਾ ਪੇੜ ਪੌਦਿਆਂ ਚੋਂ ਖੜੀਆਂ ਫਸਲਾਂ ਚੋਂ ਧਰਤੀ ਆਕਾਸ਼ ਚੋਂ ਚੰਦ ਤਾਰਿਆਂ ਚੋਂ ਹਰ ਚੀਜ਼ 'ਚ ਜੋ ਸੰਗੀਤ ਸੁਣਾਈ ਦਿੰਦਾ ਸੀ ਬਾਉ ਜੀ ਬਚਪਨ 'ਚ ਇਕੱਲੇ ਬਾਉ ਜੀ ਨਹੀਂ ਦੋ ਬੱਚੇ ਹੋਰ ਹੁੰਦੇ ਸੀ ਇੱਕ ਮੁੰਡਾ ਇੱਕ ਕੁੜੀ ਬਾਉ ਜੀ ਸੋਚਦੇ ਨੇ ਇਹ ਸੰਗੀਤ ਉਹਨਾਂ ਬੱਚਿਆਂ ਕਰਕੇ ਹੀ ਸੁਣਦਾ ਸੀ ਇਸ ਲਈ ਕੱਲ ਸ਼ਾਮ ਤੋਂ ਉਹਨਾਂ ਬੱਚਿਆਂ ਨੂੰ ਲੱਭਦੇ ਫਿਰਦੇ ਸੀ ਮੁੰਸ਼ੀ ਨੇ ਆਪਣੇ ਵੱਲੋਂ ਸਾਰਾ ਵੇਰਵਾ ਦੱਸ ਦਿੱਤਾ ਪਰ ਉਹਨੂੰ ਲੱਗਦਾ ਸੀ ਉਹ ਤੋਂ ਅਸਲ ਗੱਲ ਅਜੇ ਵੀ ਨਹੀਂ ਦੱਸੀ ਗਈ ਇਹ ਕੀ ਹੋ ਗਿਆ ਰਾਮ ਸਿੰਘ ਨੂੰ ਨਿਧਾਨ ਸਿੰਘ ਨੇ ਇੰਨਾ ਹੀ ਕਿਹਾ ਨਿਧਾਨ ਸਿੰਘ ਤੇ ਮੁੰਸ਼ੀ ਖੇਤਾਂ ਵੱਲ ਤੁਰ ਪਏ ਬਾਊ ਰਾਮ ਸਿੰਘ ਭੰਡਾਰੀ ਆਲੇ ਦੁਆਲੇ ਤੋਂ ਬੇਖਬਰ ਮੰਜੇ ਉੱਤੇ ਬੈਠਾ ਖਾਲ ਦੇ ਵਗਦੇ ਪਾਣੀ ਨੂੰ ਵੇਖ ਰਿਹਾ ਸੀ। ਪਾਣੀ ਉੱਤੇ ਇੱਕ ਨਹੀਂ ਅੱਜ 5-6 ਘਾੜੀਆਂ ਟਿਹਾਂ ਟਿਕੀਆਂ ਸਨ। ਲੱਗਦਾ ਸੀ ਇਹ ਗਿਣਤੀ ਬਾਊ ਰਾਮ ਸਿੰਘ ਭੰਡਾਰੀ ਨੇ ਆਪ ਹੀ ਵਧਾ ਦਿੱਤੀ ਸੀ। ਉਹਨਾਂ ਦੀ ਆਵਾਜ਼ ਸੁਣ ਕੇ ਉਹ ਖੜਾ ਹੋ ਗਿਆ। ਮੁੰਸ਼ੀ ਜੀ ਉਹਨਾਂ ਬੱਚਿਆਂ ਬਾਰੇ ਮੈਨੂੰ ਇੱਕ ਦੋ ਗੱਲਾਂ ਹੋਰ ਯਾਦ ਆ ਗਈਆਂ। ਭੰਡਾਰੀ ਨੇ ਉਤਸ਼ਾਹ ਨਾਲ ਕਿਹਾ ਉਹ ਗਰੀਬ ਘਰ ਦੇ ਬੱਚੇ ਸੀ। ਮੁੰਡਾ ਵੱਡਾ, ਕੁੜੀ ਛੋਟੀ। ਕੁੜੀ ਬਹੁਤ ਛੋਟੀ ਸੀ। ਕੀੜੀ ਦਾ ਆਟਾ ਡੋਲਣ ਦੀ ਉਮਰ ਦੀ। ਮੈਨੂੰ ਯਾਦ ਹੈ ਇੱਕ ਦਿਨ ਕੁੜੀ ਵੱਟ ਤੋਂ ਤਿਲ ਕੇ ਡਿੱਗ ਪਈ ਗੋਡਾ ਝੇਲਿਆ ਗਿਆ ਰੋਣ ਲੱਗ ਪਈ ਮੁੰਡਾ ਉਹਨੂੰ ਬਰਚਾਉਣ ਵਾਸਤੇ ਕਹਿੰਦਾ ਰਿਹਾ ਇਹ ਵੇਖ ਤੂੰ ਕੀੜੀ ਦਾ ਆਟਾ ਢੋਲਤਾ ਉਹ ਉਹ ਆਪਣੇ ਬੱਚਿਆਂ ਨੂੰ ਕੀ ਖਵਾਏਗੀ ਉਹ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਵਾਸਤੇ ਆਇਆ ਕਰਦੇ ਸੀ ਗਰੀਬ ਘਰ ਦੇ ਬੱਚੇ ਪੈਰੋਂ ਨੰਗੇ ਇੱਕ ਦਿਨ ਉਹਨਾਂ ਦੀ ਰੀਸੇ ਮੈਂ ਵੀ ਲੱਕੜਾਂ ਇਕੱਠੀਆਂ ਕੀਤੀਆਂ ਬਾਉ ਜੀ ਆ ਗਏ ਬਹੁਤ ਡਾਂਟਿਆ ਮੇਰੇ ਵਾਲੀਆਂ ਲੱਕੜਾਂ ਉਹਨਾਂ ਨੂੰ ਦੇ ਦਿੱਤੀਆਂ ਇਥੋਂ ਅੱਗੇ ਕਰਕੇ ਕਿ ਛੱਪੜੀ ਹੁੰਦੀ ਸੀ ਬਹੁਤ ਸਾਰੀਆਂ ਝਾੜੀਆਂ ਹੁੰਦੀਆਂ ਸੀ ਜੰਗਲ ਉਹਨਾਂ 'ਚ ਲੱਕੜਾਂ ਜੋੜਦੇ ਹੁੰਦੇ ਸੀ ਉਹ ਬੱਚੇ ਦੋਵੇਂ ਭੈਣ ਭਰਾ ਮੁੰਡਾ ਵੱਡਾ ਕੁੜੀ ਛੋਟੀ ਨਿਧਾਨ ਸਿੰਘ ਪਟਵਾਰੀਆਂ ਨੂੰ ਲੱਭਣ ਦੀ ਲੋੜ ਨਹੀਂ ਹੁਣ ਉਹ ਕਿਸੇ ਪਟਵਾਰੀ ਦੇ ਬੱਚੇ ਨਹੀਂ ਸੀ ਗਰੀਬ ਘਰ ਦੇ ਬੱਚੇ ਸੀ ਉਹ ਪੈਰੋਂ ਨੰਗੇ ਕਿ ਉਹ ਨਿਧਾਨ ਸਿੰਘ ਹੁੰਦੀ ਸੀ ਇੱਕ ਛੱਪੜੀ ਤੇ ਝਾੜੀਆਂ ਸਭ ਠੀਕ ਆ ਨਿਧਾਨ ਸਿੰਘ ਬੋਲੇ ਪਰ ਪਾਣੀ ਚੋਂ ਸੰਗੀਤ ਇਹ ਕੀ ਗੱਲ ਹੋਈ ਲੱਖ ਦੇ ਰਿਕਾਰਡ ਵਿੱਚ ਉਹ ਸੰਗੀਤ ਸੁਣ ਸਕਦੇ ਆ ਤਾਂ ਪਾਣੀ ਚੋਂ ਕਿਉਂ ਨਹੀਂ ਰਾਮ ਸਿੰਘ ਲੱਖ ਦਾ ਤਵਾ ਆਦਮੀ ਦਾ ਬਣਾਇਆ ਹੋਇਆ ਆਦਮੀ ਕੁਦਰਤ ਨਾਲੋਂ ਵੱਡਾ ਹੋ ਗਿਆ ਜਾਂ ਬਹੁਤ ਹੀ ਹੁਸ਼ਿਆਰ ਹੋ ਗਿਆ ਢੰਡਾਰੀ ਬਾਉ ਨੇ ਦਲੀਲ ਦਿੱਤੀ ਉਹ ਸਾਰੀ ਹਵੇਲੀ ਵੱਲ ਚੱਲ ਪਏ ਪਿੰਡ ਦੇ ਨੇੜੇ ਪੁੱਜ ਕੇ ਰਾਮ ਸਿੰਘ ਨੇ ਕਿਹਾ ਨਿਧਾਨ ਸਿੰਘ ਪਿੰਡ ਦਾ ਢੇੜਾ ਕੱਢ ਕੇ ਆਈਏ ਹਵੇਲੀ ਚੱਲਾਂਗੇ ਨਿਧਾਨ ਸਿੰਘ ਨੇ ਫੈਸਲਾ ਕਰ ਲਿਆ ਹਵੇਲੀ ਪੁੱਜ ਕੇ ਸ਼ਹਿਰ ਜਾਣ ਦੀ ਤਿਆਰੀ ਵੀ ਕਰਨੀ ਹੈ Munshi ਨੇ ਕਿਹਾ ਉੱਠ ਕੇ ਤੁਰ ਪਾਵਾਂਗੇ ਜਦੋਂ ਜਾਣਾ ਹੋਇਆ ਰਾਮ ਸਿੰਘ ਬੋਲਿਆ Munshi ਤੇ ਨਿਧਾਨ ਸਿੰਘ ਦੀਆਂ ਨਜ਼ਰਾਂ ਮਿਲੀਆਂ ਬਿਨਾਂ ਬੋਲੇ ਉਹ ਸਮਝ ਗਏ ਢੰਡਾਰੀ ਬਾਉ ਅਜੇ ਸ਼ਹਿਰ ਪਰਤਣਾ ਨਹੀਂ ਸੀ ਚਾਉਂਦੇ ਕੌਣ ਹੋ ਸਕਦੇ ਨੇ ਉਹ ਬੱਚੇ ਕੋਈ ਅੰਦਾਜ਼ਾ ਲਾਓ ਨਿਧਾਨ ਸਿੰਘ ਮੇਰੇ ਭਾਈ ਮੁੰਡਾ ਤਾਂ ਲੱਭਿਆ ਜਾ ਸਕਦਾ ਕੁੜੀ ਸ਼ਾਦੀ ਕਰਕੇ ਇੱਥੋਂ ਚਲੀ ਗਈ ਹੋएगी ਜੇ ਆਪਾਂ ਮੁੰਡੇ ਨੂੰ ਲੱਭ ਲਈਏ ਤਾਂ ਕੁੜੀ ਵੀ ਲਿਆਵਾਂਗੇ ਭੰਡਾਰੀ ਬਾਉ ਬੋਲਦਾ ਜਾ ਰਿਹਾ ਸੀ ਨਿਧਾਨ ਸਿੰਘ ਨੇ ਉਹਨੂੰ ਟੋਕ ਕੇ ਕਿਹਾ ਆਰਾਮ ਸਿੰਘ ਪਤਾ ਨਹੀਂ ਉਹ ਜਿਉਂਦੇ ਵੀ ਹੈ ਜਾਂ ਨਹੀਂ ਕਿਉਂ ਫालतू ਚ ਖੱਪੀ ਜਾਂਦੇ ਹੋ ਇਹ ਟੋਬੇ 'ਚ ਸੁਈ ਲੱਭਣ ਵਾਲੀ ਗੱਲ ਬਣੀ ਪਈ ਆ ਹਵੇਲੀ ਪੁੱਜ ਕੇ ਨਿਧਾਨ ਸਿੰਘ ਨੇ ਇੱਕ ਬੰਦੇ ਨੂੰ ਚਾਹ ਲੈਣ ਭੇਜਤਾ ਰਾਜ ਰਾਮ ਸਿੰਘ ਚੁੱਪ ਕਰਕੇ ਲੇਟਿਆ ਰਿਹਾ ਤੇ ਤਤੀ ਵਾਰ ਆਪਣਾ ਬਚਪਨ ਯਾਦ ਕਰਨ ਲੱਗਾ ਸਭ ਤੋਂ ਪਹਿਲਾਂ ਉਹਨੂੰ ਮਾਂ ਯਾਦ ਆਈ ਲੋਰੀਆਂ ਬਹੁਤ ਸੁਣਾਇਆ ਕਰਦੀ ਸੀ ਸੁਣਦਾ ਸੁਣਦਾ ਲੋਰੀਆਂ ਦੀ ਉਮਰ ਤੋਂ ਵੱਡਾ ਹੋ ਗਿਆ ਲੋਰੀ ਦੇ ਸ਼ਬਦਾਂ ਦੇ ਅਰਥ ਸਮਝਣ ਲੱਗ ਪਿਆ ਇਹ ਸਲੋਰੀ ਦਾ ਸੰਗੀਤ ਅਸਰਹੀਨ ਹੋ ਗਿਆ ਜਾਗਦਾ ਹੀ ਅੱਖਾਂ ਮੀਟ ਕੇ ਸੌਂ ਜਾਣ ਦਾ ਸੰਗ ਕਰਦਾ ਮਾਂ ਉਹਨੂੰ ਪਿੰਡ 'ਚ ਵਿਆਹ ਸ਼ਾਦੀਆਂ ਨਾਲ ਤੇ ਨਾਲ ਲੈ ਜਾਂਦੀ ਨੁਹਾ ਧੁਆ ਕੇ ਉਹਨੂੰ ਕਜਲ ਪਾ ਕੇ ਮਾਂ ਉਹਨੂੰ ਪੂਰੀ ਤਰ੍ਹਾਂ ਸ਼ਿੰਗਾਰ ਦੀ ਖੁਸ਼ਬੂਦਾਰ ਤੇਲ ਉਹਦੇ ਵਾਲਾਂ 'ਚ ਲਾਉਂਦੀ। ਮਾਂ ਔਰਤਾਂ ਨਾਲ ਗੱਲੀ ਰੁੱਝ ਜਾਂਦੀ, ਕੁੜੀਆਂ ਨੂੰ ਚੁੱਕ ਕੇ ਲੈ ਜਾਂਦੀਆਂ, ਚੁੰਮਦੀਆਂ, ਉਹਦੀਆਂ ਗੱਲਾਂ ਤੇ ਚੁੰਡੀਆਂ ਭਰਦੀਆਂ। ਉਹਨੂੰ ਮਠਿਆਈ ਖਵਾਉਂਦੀਆਂ, ਮਾਂ ਔਰਤਾਂ ਨੂੰ ਪੁੱਛਦੀ ਕਿੰਨੇ ਬੱਚੇ ਨੇ, ਕਿੰਨੇ ਪੋਤਰੇ ਨੇ। ਬੜਾ ਮਜ਼ਾ ਆਉਂਦਾ। ਕਈ ਵਾਰ ਮਾਂ ਰਾਤ ਨੂੰ 부ਝਾਰਤਾ ਪਾਉਂਦੀ। ਤਲਵਾ-ਤਲਵੀ ਦੀਆਂ। ਤਲਵਾ ਯਾਨੀ ਮੁੰਡਾ, ਤਲਵੀ ਯਾਨੀ ਕੁੜੀ। ਇਹ 부ਝਾਰਤਾ ਘਰ ਬੈਠੇ ਲੋਕਾਂ ਨਾਲ ਜਾਣ-ਪਛਾਣ ਕਰਾਉਣ ਦਾ ਮਾਂ ਦਾ ਇੱਕ ਤਰੀਕਾ ਸੀ। ਪੁੱਛਦੀ ਇੱਕ ਘਰ ਦੋ ਟਲਵੇ ਇੱਕ ਟਲਵੀ ਦੱਸਣਾ ਹੁੰਦਾ ਸੀ ਇੱਕ ਇਹਦਾ ਘਰ ਹੈ ਜਿਸ ਚ ਦੋ ਮੁੰਡੇ ਇੱਕ ਕੁੜੀ ਹੋਵੇ ਕਈ ਵਾਰ ਉਹਦੇ ਬਾਉ ਜੀ ਵੀ ਇਸ ਖੇਤ ਚ ਸ਼ਾਮਲ ਹੋ ਜਾਂਦੇ ਮਾਂ ਨੂੰ ਸਾਰੇ ਪਿੰਡ ਦੇ ਹਰ ਘਰ ਚ ਕਿੰਨੇ ਬੱਚੇ ਐ ਪਤਾ ਹੁੰਦਾ ਸੀ ਕਈ ਵਾਰ ਮਾਂ ਬਾਉ ਜੀ ਨੂੰ ਉਲਝਾ ਲੈਂਦੇ ਪੁੱਛਦੀ ਇੱਕ ਘਰ ਇੱਕ ਟਲਵਾਈ ਟਲਵਾ ਬਾਉ ਜੀ ਅੰਦਾਜ਼ੇ ਲਾ ਲਾ ਦੱਸਦੇ ਮਾਂ ਨਹੀਂ ਨਹੀਂ ਕਹਿੰਦੀ ਰਹਿੰਦੀ ਬਾਉ ਜੀ ਤੋਂ ਪੂਰੀ ਭਿਆਂ ਕਰਵਾ ਕੇ ਦੱਸਦੀ ਸਾਡਾ ਆਪਣਾ ਘਰ ਆ ਪਿਆ ਸਾਡਾ ਟਲਵਾ ਮਾਉ ਨੂੰ ਆਪਣੇ ਨਾਲ ਘੁੱਟ ਲੈਂਦੀ ਹਾਸਾ ਪੈਂਦਾ ਇੱਕ ਘਰ ਦੋ ਟਲਵੇ ਇੱਕ ਘਰ ਦੋ ਟਲਵੀ ਇੱਕ ਘਰ ਤਿੰਨ ਟਲਵੇ ਦੋ ਟਲਵੀਆਂ ਇਹ ਤਾਂ ਉਹਨੂੰ ਯਾਦ ਆਉਂਦੇ ਪਰ ਇੱਕ ਘਰ ਇੱਕ ਟਲਵਾਈ ਇੱਕ ਟਲਵੀ ਵਾਲੀ ਕੋਈ ਬੁਝਾਰਤ ਨਹੀਂ ਸੀ ਯਾਦ ਆ ਰਹੀ ਹੋ ਸਕਦਾ ਉਸ ਮੁੰਡੇ ਤੇ ਕੁੜੀ ਦੇ ਵੱਡੇ ਜਾਂ ਛੋਟੇ ਹੋਰ ਭੈਣ ਭਰਾ ਹੋਣ ਫਿਰ ਉਹ ਸ਼ਹਿਰ ਚਲੇ ਗਏ ਸ਼ਹਿਰ ਤੋਂ ਬਾਹਰ ਉਹਦੇ ਪਿਤਾ ਜੀ ਨੇ ਜ਼ਮੀਨ ਖਰੀਦ ਲਈ ਸੀ ਉੱਥੇ ਹੱਥਾਂ ਨਾਲ ਕਾਗਜ਼ ਬਣਾਉਣ ਦਾ ਇੱਕ ਯੂਨਿਟ ਲਾ ਲਿਆ ਭੰਡਾਰੀ ਬਾਉ ਨੂੰ ਆਪਣੇ ਆਪ ਦੇ ਖੇਜਾਉਣ ਲੱਗ ਪਈ। ਉਹ ਮੁੰਡਾ ਤੇ ਕੁੜੀ ਤਾਂ ਪਿੰਡ 'ਚ ਇੱਥੇ ਉਹਦੇ ਕੋਲ ਖੜੇ ਹੁੰਦੇ ਸੀ ਤੇ ਪੁੱਛਣ ਤੇ ਦੱਸਦੇ ਹੁੰਦੇ ਸੀ, "ਹਾਂ, ਉਹਨਾਂ ਨੂੰ ਵੀ ਸੰਗੀਤ ਸੁਣਾਈ ਦੇ ਰਿਹਾ।" ਸ਼ਹਿਰ ਦੀਆਂ ਗੱਲਾਂ ਯਾਦ ਕਰਨ ਦਾ ਕੀ ਫਾਇਦਾ? ਭੰਡਾਰੀ ਬਾਉ ਨੂੰ ਪਿੰਡ ਆਇਆ ਇੱਕ ਹਫ਼ਤਾ ਹੋ ਗਿਆ। ਹਰ ਰੋਜ਼ ਉਹ ਵਗਦੇ ਹੋਏ ਖਾਲ 'ਤੇ ਜਾ ਕੇ ਲੋਂਦੇ। ਘਾਹ ਦੀਆਂ ਟੇੜਾਂ ਪਾਣੀ 'ਤੇ ਰੱਖ ਕੇ ਸੰਗੀਤ ਸੁਣਾਈ ਦੇਣ ਦੀ ਉਡੀਕ ਕਰਦੇ। ਇੱਕ ਦਿਨ ਉਹ ਨਿਧਾਨ ਸਿੰਘ ਦੇ ਪਰਿਵਾਰ 'ਚੋਂ ਬੱਚਿਆਂ ਨੂੰ ਲੈ ਗਏ। ਉੱਥੇ ਉਹਨਾਂ ਨੂੰ ਪੁੱਛਦੇ ਕੁਝ ਸੁਣਾਈ ਦਿੰਦੇ। ਪਿੰਡ ਜਿ ਘੁੰਮਦੇ ਰਹਿੰਦੇ ਗਰੀਬਾਂ ਦੇ ਘਰਾਂ 'ਚ ਝਾਤੀਆਂ ਮਾਰਦੇ ਰਹਿੰਦੇ ਦੋਨੋਂ ਦਿਨ ਉਦਾਸ ਫਿਰ ਉਦਾਸ ਹੁੰਦੇ ਗਏ ਸ਼ਹਿਰ ਤੋਂ ਫੋਨ ਆਉਂਦਾ ਕਾਦਾ ਹੋ ਗਿਆ ਆ ਜਾਓ ਹੁਣ ਉਹ ਅੱਜਕੱਲ ਕਰਕੇ ਟਾਲ ਛੱਡਦੇ 8ਵੇਂ ਦਿਨ ਨਿਧਾਨ ਸਿੰਘ ਨੇ मुंशी ਗੁਲਾਬ ਚੰਦ ਤੋਂ ਬਹੁ ਰਾਣੀ ਨੂੰ ਫੋਨ ਕਰਾਇਆ ਥੋੜੀ ਕੁ ਭੰਡਾਰੀ ਬਾਉ ਦੀ ਹਾਲਤ ਦੱਸਦੇ ਕਿਸ ਤਰ੍ਹਾਂ ਇੱਕ ਮੁੰਡੇ ਤੇ ਕੁੜੀ ਨੂੰ ਲੱਭਣ ਲਈ ਭਟਕ ਰਿਹਾ। ਅਗਲੇ ਦਿਨ ਬਹੂ ਰਾਣੀ ਪਿੰਡ ਪਹੁੰਚ ਗਈ। ਭੰਡਾਰੀ ਬਾਉ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਈ। ਬਹੁਤ ਕਮਜ਼ੋਰ ਲੱਗ ਰਹੀ ਸੀ ਉਹਨੂੰ। ਮੁੰਸ਼ੀ ਤੇ ਨਿਧਾਨ ਸਿੰਘ ਨੇ ਸਾਰੀ ਗੱਲ ਦੱਸ ਦਿੱਤੀ ਕਿਵੇਂ ਉਹ ਖਾਣਾ ਪੀਣਾ ਵਿਸਰ ਗਏ ਐ। ਕਿਵੇਂ ਬੱਚਿਆਂ ਨੂੰ ਲੱਭਦੇ ਰਹਿੰਦੇ ਐ ਤੇ ਸਾਰਾ ਦਿਨ ਟਲਵਟਲੂਈ ਦਾ ਜਾਪ ਕਰਦੇ ਰਹਿੰਦੇ ਐ। ਵਿਦਾ ਹੋਣ ਵੇਲੇ ਭੰਡਾਰੀ ਬਾਉ ਨੇ ਤਰਲਾ ਕੀਤਾ ਨਿਧਾਨ ਸਿੰਘ ਮੇਰੇ ਭਾਈ ਮੇਰੇ ਉੱਤੇ ਕੁਕਾਰ ਜ਼ਰੂਰ ਕਰਿਓ ਨਾ ਬੱਚਿਆਂ ਦਾ ਪਤਾ ਕਰੇ। ਇਹ ਆਸਾਨ ਮੇਰੇ ਤੇ ਜ਼ਰੂਰ ਕਰੀ ਜਿੰਨਾ ਖਰਚ ਆਏ ਪਰਵਾਹ ਨਾ ਕਰੀ ਮਰਨ ਤੋਂ ਪਹਿਲਾਂ ਮੈਂ ਉਹ ਸੰਗੀਤ ਜ਼ਰੂਰ ਸੁਣਨਾ ਚਾਹਾਂਗਾ ਫੋਨ ਕਰੀ ਭੰਡਾਰੀ ਬਾਉ ਦੇ ਪੁੱਤਰ ਅਸ਼ੋਕ ਨੂੰ ਜਦੋਂ ਪਤਾ ਲੱਗਿਆ ਉਹਨੇ ਕਿਹਾ ਸੰਗੀਤ ਸੁਣਾ ਨੂੰ ਦਿਲ ਕਰਦਾ ਹੈ ਤਾਂ ਪਿੰਡ ਕਿਉਂ ਬੈਠੇ ਰਹੋ ਪਿੰਡ 'ਚ ਸੰਗੀਤ ਦਾ ਕਿਸੇ ਨੂੰ ਕੀ ਪਤਾ ਜਿਸ ਤਰ੍ਹਾਂ ਦਾ ਸੰਗੀਤ ਕੋ ਹਾਜ਼ਰ ਹੋ ਜਾਏਗਾ ਅਸ਼ੋਕ ਬਾਉ ਨੇ ਆਪਣੇ ਸਟੈਨੋ ਰਾਜਾਰਾਮ ਨੂੰ ਬਾਉ ਜੀ ਵਾਸਤੇ ਸੰਗੀਤ ਦਾ ਪ੍ਰਬੰਧ ਕਰਨ ਵਾਸਤੇ ਕਿਹਾ ਬਹੁਤ ਮੰਗਾ ਬਹੁਤ ਮਹਿੰਗਾ ਡੈਕ ਲੈ ਕੇ ਆਇਆ ਸੀ ਡੀ ਪਲੇਅਰ ਲੈ ਆਇਆ ਕੈਸਟਾਂ ਤੇ ਸੀਰੀਜ਼ ਲੈ ਆਇਆ ਹਰ ਕਿਸਮ ਦਾ ਸੰਗੀਤ ਫਿਲਮੀ ਸੰਗੀਤ ਕਲਾਸਿਕਲ ਕੈਸਟਾਂ ਤੇ ਭਗਤੀ ਸੰਗੀਤ ਵੋਕਲ ਤੇ ਇਨਸਟਰੂਮੈਂਟਲ ਕੋਲ ਬੈਟ ਕੇ ਡੈਕ ਚਲਾਤਾ ਇੱਕ ਤੋਂ ਬਾਅਦ ਇੱਕ ਕੈਸਟ ਬਦਲਦਾ ਉਹ ਗੱਲ ਨਹੀਂ ਬਣੀ ਭੰਡਾਰੀ ਬਾਉ ਨੇ ਥੋੜਾ ਜਿਹਾ ਮੂੰਹ ਬਣਾ ਕੇ ਕਿਹਾ ਸੰਗੀਤ ਤਾਂ ਉਹ ਜਿਵੇਂ ਪੂਰੀ ਕਾਇਨਾਤ ਆਲਾਪ ਕਰ ਰਹੀ ਹੋਵੇ ਸੰਗੀਤਕਾਰ ਕੌਣ ਸੀ ਰਾਜਾ ਰਾਮ ਨੇ ਪੁੱਛਿਆ ਉਹ ਇਲਾਹੀ ਸੰਗੀਤ ਸੀ ਮਹਾਨ ਸਬਲਾਈਂ ਕਿੱਥੇ ਸੁਣਿਆ ਸੀ ਕੋਈ ਸੰਗੀਤ ਦੀ ਮਹਿਫਿਲ ਸੀ ਨਹੀਂ ਕੋਈ ਮਹਿਫਿਲ ਨਹੀਂ ਸੀ ਉਹ ਸੰਗੀਤ ਮੈਂ ਪਿੰਡ ਚ ਸੁਣਿਆ ਸੀ ਜਦੋਂ ਮੈਂ ਬਹੁਤ ਛੋਟਾ ਬੱਚਾ ਸੀ ਤੁਸੀਂ ਇਕੱਲੇ ਸੁਣਦੇ ਸੀ ਦੋ ਬੱਚੇ ਹੋਰ ਸੀ ਮੇਰੇ ਨਾਲ ਇੱਕ ਮੁੰਡਾ ਤੇ ਕੁੜੀ ਭੈਣ ਭਰਾ ਟਲਵਟਲ ਵੀ ਸੁਣਿਆ ਕਿਸ ਤਰ੍ਹਾਂ ਗ੍ਰਾਮੋਫੋਨ ਤੇ ਖਾਲ ਸਮਝਦਾ ਹਾਂ ਪਾਣੀ ਦੀ ਨਾਲੀ ਬਚਪਨ ਚ ਮੈਂ ਵੀ ਪਿੰਡ ਰਹਿੰਦਾ ਹੁੰਦਾ ਸੀ ਰਾਜਾ ਰਾਮ ਬੋਲਿਆ ਇੱਕ ਖਾਲਜ ਪਾਣੀ ਵਗਦਾ ਰਹਿੰਦਾ ਸੀ ਵਗਦੇ ਪਾਣੀ ਤੇ ਘਾਹ ਦਾ ਇੱਕ ਤਣਕਾ ਇੰਜ ਟਿਕਿਆ ਹੁੰਦਾ ਸੀ ਜਿਵੇਂ ਗ੍ਰਾਮੋਫੋਨ ਦੇ ਰਿਕਾਰਡ ਤੇ ਸੂਈ ਫਿਰ ਰਾਜाराम ਨੂੰ ਹੈਰਾਨੀ ਹੋ ਰਹੀ ਸੀ ਫਿਰ ਕੀ ਪਾਣੀ ਚੋਂ ਸੰਗੀਤ ਪੈਦਾ ਹੁੰਦਾ ਤੇ ਕਾਇਨਾਤ ਚ ਫੈਲ ਜਾਂਦਾ ਪੇੜ ਪੌਦੇ ਧਰਤੀ ਆਕਾਸ਼ ਚੰਨ ਤਾਰੇ ਸਭ ਪਾਸੇ ਸੰਗੀਤ ਹੀ ਸੰਗੀਤ ਸੁਣਾਈ ਦਿੰਦਾ ਤੇ ਉਹਨਾਂ ਬੱਚਿਆਂ ਨੂੰ ਵੀ ਸੁਣਾਈ ਦਿੰਦਾ ਸੀ ਜਿਹੜੇ ਤੁਹਾਡੇ ਨਾਲ ਹੁੰਦੇ ਸੀ ਰਾਜाराम ਨੇ ਪੁੱਛਿਆ ਸ਼ਾਇਦ ਉਹਨਾਂ ਕਰਕੇ ਹੀ ਸੁਣਾਈ ਸ਼ਾਇਦ ਨਹੀਂ ਉਹਨਾਂ ਕਰਕੇ ਹੀ ਸੁਣਾਈ ਦਿੰਦਾ ਸੀ ਬੜੇ ਪਿਆਰੇ ਚਿਹਰੇ ਸੀ ਉਹਨਾਂ ਦੇ ਰਾਜाराम ਇਸ ਤਰ੍ਹਾਂ ਚੁੱਪ ਹੋ ਗਿਆ ਜਿਵੇਂ ਕਿਸੇ ਨਤੀਜੇ ਤੇ ਪਹੁੰਚ ਗਿਆ ਹੋਵੇ ਦਫਤਰ ਪੁੱਜ ਕੇ ਰਾਜਾ ਰਾਮ ਨੇ ਸਾਰੀ ਗੱਲ ਅਸ਼ੋਕ ਕੁਮਾਰ ਨੂੰ ਇਸ ਤਰ੍ਹਾਂ ਦੱਸੀ ਜਿਵੇਂ ਉਹ ਭੰਡਾਰੀ ਬਾਉ ਨੂੰ ਖਿਸਕਿਆ ਹੋਇਆ ਬੰਦਾ ਸਮਝ ਰਿਹਾ ਹੋਵੇ ਪਿਤਾ ਜੀ ਧਾਰਮਿਕ ਰੁਚੀਆਂ ਵਾਲੇ ਬੰਦੇ ਨੇ ਹਰ ਚੀ ਚੰਗੀ ਚੀਜ਼ ਨੂੰ ਪਰਮਾਤਮਾ ਦੀ ਦੇਣ ਸਮਝਦੇ ਨੇ ਇਲਾਹੀ ਸੰਗੀਤ ਯੂ نو ਧਾਰਮਿਕ ਲੋਕ ਕਿਵੇਂ ਦੀਆਂ ਗੱਲਾਂ ਕਰਦੇ ਹੁੰਦੇ ਨੇ ਚਿੰਤਾ ਵਾਲੀ ਕੋਈ ਗੱਲ ਨਹੀਂ ਇਹ ਕਹਿ ਕੇ ਅਸ਼ੋਕ ਬਾਉ ਨੇ ਰਾਜਾ ਰਾਮ ਨੂੰ ਤਾਂ ਤੋੜ ਦਿੱਤਾ ਪਰ ਆਪ ਚਿੰਤਾ 'ਚ ਡੁੱਬ ਗਿਆ ਜੇ ਗੱਲ ਫੈਲ ਗਈ ਵੀ ਭੰਡਾਰੀ ਪੇਪਰ ਮਿਲਦੇ ਮਾਲਕ ਰਾਮ ਸਿੰਘ ਭੰਡਾਰੀ ਦਾ ਦਿਮਾਗ ਸੜਕ ਗਿਆ ਲੋਕ ਇਹੀ ਸਮਝਣਗੇ ਵੀ ਕੰਪਨੀ ਦਿਵਾਲੀਆ ਹੋਣ ਵਾਲੀ ਹੈ ਕੰਪਨੀ ਦੀ ਸਾਖ ਮਾਰੀ ਜਾਏਗੀ ਸ਼ੇਅਰ ਲੁੱਟ ਕੇ ਜਾਣਗੇ ਸ਼ਾਮ ਨੂੰ ਬਹੂ ਰਾਣੀ ਨੇ ਸ਼ੋਕ ਬਾਊ ਨੂੰ ਦੱਸਿਆ ਅੱਜ ਪਿਤਾ ਜੀ ਨੇ ਖਾਣਾ ਨਹੀਂ ਖਾਦਾ ਮਸਾਦਾ ਗਲਾਸ ਜੂਸ ਦਾ ਪਿਆ ਹੈ ਬਸ ਇੱਕੋ ਗੱਲ ਪੁਕਾਰਦੇ ਰਹੇ ਟਲ ਵਾ ਟਲ ਵੀ ਉਸ ਰਾਤ ਵੀ ਭੰਡਾਰੀ ਬਾਊ ਖਾਣੇ ਵਾਸਤੇ ਨਹੀਂ ਆਏ ਸ਼ੋਕ ਬਾਊ ਆਪ ਬੁਲਾਣ ਗਏ ਮੇਰਾ ਦਿਲ ਨਹੀਂ ਕਰਦਾ ਕਹਿ ਕੇ ਟਾਲ ਦਿੱਤਾ ਕਰ ਆਏਗਾ ਚਲੋ ਅਸ਼ੋਕ ਨੇ ਜ਼ਿੱਦ ਕੀਤੀ ਮੈਨੂੰ ਭੁੱਖ ਨਹੀਂ ਖਾਣੇ ਤੋਂ ਬਾਅਦ ਬਹੁ ਰਾਣੀ ਤੇ ਅਸ਼ੋਕ ਭੰਡਾਰੀ ਬਾਉਰਾਮ ਸਿੰਘ ਦੇ ਕਮਰੇ 'ਚ ਜਾ ਬੈਠੇ ਪਿੰਡ ਦੀਆਂ ਗੱਲਾਂ ਸ਼ੁਰੂ ਕਰਦੀਆਂ ਉਹਨਾਂ ਦੇ ਪੁਰਖਿਆਂ ਨੇ ਕਿਵੇਂ ਜ਼ਮੀਨ ਘੇਰ ਕੇ ਪਿੰਡ ਬੱਧਾ ਸੀ ਕਿਵੇਂ ਕਿਲੇ ਵਰਗੀ ਹਵੇਲੀ ਬਣਾਈ ਸੀ ਇਸੇ ਲਈ ਉਹਨਾਂ ਦੇ ਖਾਨਦਾਨ ਦਾ ਨਾਮ ਗਜਟੀਆਂ ਰਾਂ ਵਿੱਚ ਲਿਖਿਆ ਮਿਲਦਾ ਹੈ ਭੰਡਾਰੀ ਬਾਉ ਵੀ ਉਹਨਾਂ ਦੀਆਂ ਗੱਲਾਂ 'ਚ ਸ਼ਾਮਲ ਹੋ ਗਈ ਕਿਸੇ ਨੂੰ ਪਤਾ ਹੀ ਨਾ ਲੱਗਾ ਕਦ ਬਹੁ ਰਾਣੀ ਉੱਠ ਕੇ ਚਲੀ ਗਈ ਥੋੜੀ ਦੇਰ ਬਾਅਦ ਆਈ ਤਾਂ ਉਹਦੇ ਹੱਥ 'ਚ ਇੱਕ ਟ੍ਰੇ ਸੀ ਲਓ ਪਿਤਾ ਜੀ ਥੋੜੀ ਖੀਰ ਖਾ ਲਓ ਤੁਸੀਂ ਦਿਨ ਵੇਲੇ ਵੀ ਕੁਝ ਨਹੀਂ ਕਰਦਾ ਬਹੂ ਰਾਣੀ ਨੇ ਇਸ ਤਰ੍ਹਾਂ ਕਿਹਾ ਜਿਵੇਂ ਕੋਈ ਮਾਂ ਰੁੱਸੇ ਬੱਚੇ ਨੂੰ ਕਹਿੰਦੀ ਹੈ ਭੰਡਾਰੀ ਬਾਉ ਨੇ ਖੀਰ ਵਾਲੀ ਕਟੋਰੀ ਚੁੱਕ ਲਈ ਅਸ਼ੋਕ ਤੇ ਬਹੂ ਰਾਣੀ ਦੀਆਂ ਨਜ਼ਰਾਂ ਮਿਲੀਆਂ ਤੇ ਮੁਸਕਰਾ ਪਈ ਖੀਰ ਵਾਲੀ ਕਟੋਰੀ ਰੱਖ ਕੇ ਭੰਡਾਰੀ ਬਾਉ ਨੇ ਅਚਾਨਕ ਉਹ ਗੱਲ ਸ਼ੁਰੂ ਕਰ ਲਈ ਜਿਹਨੂੰ ਉਹ ਭੁਲਾਣ ਲਈ ਆਏ ਸੀ ਉਹਨਾਂ ਬੱਚਿਆਂ ਦਾ ਪਤਾ ਨਹੀਂ ਲੱਗ ਸਕਿਆ ਪਤਾ ਨਹੀਂ ਉਹ ਕੌਣ ਸੀ ਪਤਾ ਨਹੀਂ ਉਹ ਕਿੱਥੇ ਹੋਣਗੇ ਛੱਡੋ ਪਿਤਾ ਜੀ ਆਪਾਂ ਉਹਨਾਂ ਤੋਂ ਕੀ ਲੈਣਾ ਅਸ਼ੋਕ ਬਾਉ ਨੇ ਲਾਪਰਵਾਹੀ ਨਾਲ ਕਿਹਾ ਉਹ ਭੁਲਾਉਣ ਵਾਲੇ ਨਹੀਂ ਉਹ ਨਹੀਂ ਭੁੱਲ ਸਕਦੇ ਉਹ ਤਾਂ ਉਹ ਤਾਂ ਭੰਡਾਰੀ ਬਾਉ ਨੇ ਗੱਲ ਅਧੂਰੀ ਛੱਡਦੀ ਜਿਵੇਂ ਉਹਨਾਂ ਨੂੰ ਪੂਰੀ ਗੱਲ ਦੱਸਣਾ ਨਾ ਦੱਸਣਾ ਇੱਕ ਬਰਾਬਰ ਹੋਵੇ ਚੁੱਪ ਵਰਤ ਗਈ ਟਲਵਾ ਟਲਵੀ ਭੰਡਾਰੀ ਬਾਉ ਦੀ ਆਵਾਜ਼ ਆਈ ਉਹਨਾਂ ਨੂੰ ਕੋਲ ਬੈਠਿਆ ਲੱਗਿਆ ਜਿਵੇਂ ਆਵਾਜ਼ ਦੂਰ ਤੋਂ ਆਈ ਹੋਵੇ ਤੇ ਦੂਰ ਤੱਕ ਚਲੀ ਗਈ ਹੋਵੇ ਪਿਤਾ ਜੀ ਤੁਸੀਂ ਸੇਧ ਦਾ ਧਿਆਨ ਰੱਖਿਆ ਕਰੋ ਉਹ ਕਹਿ ਕੇ ਚਲੇ ਗਏ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਅਸ਼ੋਕ ਬਾਉ ਨੇ ਬਹੁ ਰਾਣੀ ਨੂੰ ਹਦਾਇਤਾਂ ਕੀਤੀਆਂ ਪਿਤਾ ਜੀ ਦਾ ਫੋਨ ਚੁਪਾ ਦੇਵੇ ਪਿੰਡ ਤੋਂ ਨਦਾਨ ਸਿੰਘ ਦਾ ਫੋਨ ਆਇਆ ਤੇ ਗੱਲ ਨਹੀਂ ਕਰਾਉਣੀ ਚੌਕੀਦਾਰ ਨੂੰ ਕਿਹਾ ਮਿਲਣ ਆਵੇ ਕਹਿਣਾ ਬਾਉਜੀ ਘਰ ਨਹੀਂ ਭੰਡਾਰੀ ਬਾਉ ਦੇ ਡਰਾਈਵਰ ਨੂੰ ਆਪਣੇ ਨਾਲ ਦਫ਼ਤਰ ਲੈ ਗਿਆ ਤਾਂ ਜੋ ਬਾਉਜੀ ਪਿੰਡ ਨਾ ਚਲੇ ਜਾਣ ਦੁਪਹਿਰ ਵੇਲੇ ਬਹੂ ਰਾਣੀ ਨੇ ਅਸ਼ੋਕ ਦੇ ਦਫ਼ਤਰ ਫੋਨ ਕੀਤਾ ਪਿਤਾ ਜੀ ਨੂੰ ਆਪਣਾ ਪੁਰਾਣਾ ਗ੍ਰਾਮੋਫੋਨ ਯਾਦ ਆ ਗਿਆ ਹੈ ਰਾਜਾ ਰਾਮ ਨੂੰ ਭੇਜੋ ਠੀਕ ਕਰ ਜਾਏਗਾ ਰਾਜਾ ਰਾਮ ਘਰ ਪੁੱਜ ਗਿਆ ਰਾਜਾ ਰਾਮ ਨੇ ਗ੍ਰਾਮੋਫੋਨ ਦਾ ਬਕਸਾ ਖੋਲ ਕੇ ਵੇਖਿਆ ਰਿਕਾਰਡ ਸਨ ਚਾਬੀ ਪਰਉਣ ਵਾਲੀ ਦਸਤੀ ਸੀ ਤੇ ਇੱਕ ਸੂਈਆਂ ਦੀ ਡੱਬੀ ਉਹਨੇ ਸਾਊਂਡ ਬਾਕਸ 'ਚ ਸੂਈ ਫਿੱਟ ਕੇ ਤੇ ਚਾਬੀ ਭਰੀ ਰਿਕਾਰਡਰ ਰੱਖ ਕੇ ਚਾਲੂ ਕਰਤਾ ਲਓ ਜੀ ਰਿਕਾਰਡਿੰਗ ਬੋਲਣਾ ਸ਼ੁਰੂ ਕਰਤਾ ਉਹਨੇ ਗ੍ਰਾਮੋਫੋਨ ਚ ਕੁਆ ਕੇ ਬਾਪੂ ਦੇ ਕਮਰੇ 'ਚ ਰਖਵਾਤਾ ਚਾਲੂ ਕਰਕੇ ਵਿਖਾਇਆ ਪੂਰਾ ਗੀਤ ਬਾਪੂ ਨੇ ਸੁਣਿਆ ਚਲਾ ਗਿਆ ਦਫ਼ਤਰ ਪੁੱਜਦਿਆਂ ਰਾਜਾ ਰਾਮ ਅਸ਼ੋਕ ਬਾਪੂ ਦੇ ਅੱਗੇ ਜਾ ਪੇਸ਼ ਹੋਇਆ ਕਿਉਂ ਠੀਕ ਹੋ ਗਿਆ ਅਸ਼ੋਕ ਬਾਪੂ ਨੇ ਪੁੱਛ ਜਿਉ ਤਾਂ ਠੀਕ ਹੀ ਸੀ ਚਲਾ ਕੇ ਵਿਖਾਇਆ ਪਿਤਾ ਜੀ ਨੂੰ ਜੀਪੂਰਾ ਰਿਕਾਰਡ ਚਲਾ ਕੇ ਸੁਣਾਇਆ ਖੁਸ਼ ਸੀ ਪਿਤਾ ਜੀ ਪਹਿਲਾਂ ਤਾਂ ਖੁਸ਼ ਸੀ ਖਤਮ ਹੋਣ ਤੇ ਉਦਾਸ ਹੋ ਗਏ ਕੀ ਰਿਕਾਰਡ ਸੀ ਕੁਝ ਯਾਦ ਹੈ ਅਸ਼ੋਕ ਰਾਮ ਅਸ਼ੋਕ ਕੁਮਾਰੇ ਜਾਣਕਾਰੀ ਆਪਣੇ ਪਿਤਾ ਜੀ ਦੀ ਦਿਮਾਗੀ ਹਾਲਤ ਦਾ ਪਤਾ ਲਾਉਣ ਲਈ ਲੈ ਰਿਹਾ ਸੀ ਉਹ ਗੀਤ ਸੀ ਉਮਰੇ ਦਰਾਜ਼ ਮੰਗ ਕਰ ਲਾਏ تھے ਚਾਰ ਦਿਨ ਦੋ ਆਰਜ਼ੂ ਮੇ ਕਟ ਗਏ ਦੋ ਇੰਤਜ਼ਾਰ ਮੇ ਸੁਣ ਕੇ ਪਿਤਾ ਜੀ ਕੁਝ ਬੋਲੇ ਸੀ ਹਾਂ ਬੋਲੇ ਸੀ ਕਹਿੰਦੇ ਸੀ ਦੋ ਦਿਨ ਆਰਜ਼ੂ ਦੇ ਦੋ ਦਿਨ ਇੰਤਜ਼ਾਰ ਦੇ ਪੰਜਵਾਂ ਦਿਨ ਕਦੋਂ ਆਏਗਾ ਪਨਵੰਦ ਨੇ ਆਏਗਾ ਜਿਸ ਦਿਨ ਟਲਵਟਲ ਵੀ ਪਰਤਾਈ ਇਹ ਟਲਵਟਲ ਵੀ ਕੀ ਆਜੀ ਰਾਜਾ ਰਾਮ ਨੇ ਪੁੱਛਿਆ ਅਸ਼ੋਕ ਬਾਉੂ ਸਾਰੀ ਗੱਲ ਸਮਝ ਗਿਆ ਤੂੰ ਹੁਣ ਜਾ ਸਕਦਾ ਅਸ਼ੋਕ ਬਾਉੂ ਨੇ ਕਿਹਾ ਇਹ ਗੱਲ ਦਾ ਧਿਆਨ ਰੱਖੀ ਗ੍ਰਾਮੋਫੋਨ ਵਾਲੀ ਗੱਲ ਦਾ ਪ੍ਰਚਾਰ ਨਾ ਕਰਦਾ ਫਿਰਿੰ ਦਫਤਰ ਚ ਸਮਝੇ ਉਸ ਦਿਨ ਅਸ਼ੋਕ ਸਵਕਤੀ ਘਰ ਆ ਗਿਆ ਆਉਂਦੇ ਹੀ ਬਾਉ ਜੀ ਬਾਰੇ ਪੁੱਛਿਆ ਬਾਉੂ ਰਾਣੀ ਨੇ ਦੱਸਿਆ ਰਾਜਾ ਰਾਮ ਦੇ ਚਲੇ ਜਾਣ ਪਿੱਛੋਂ ਪਿਤਾ ਜੀ ਬੜੇ ਬੇਚੈਨ ਹੋ ਗਏ ਬੂਹੇ ਬਾਰੀਆਂ ਖੋਲ ਦਿੱਤੀਆਂ ਪੱਖਾ ਚਲਾ ਲਿਆ ਕਹਿੰਦੇ ਮੇਰਾ ਦਮ ਘੁੱਟਦਾ ਏਸੀ ਚਲਾਓ ਤਲਵਾ ਟਲਵੀ ਨੂੰ ਆਵਾਜ਼ਾਂ ਦਿੰਦੇ ਰਹੇ ਤੇ ਇੱਕ ਗੱਲ ਹੋਰ ਨਾਲ ਜੋੜ ਦਿੱਤੀ। ਕਦੋਂ ਆਏਗਾ ਪੰਜਵਾਂ ਦਿਨ ਵਰ ਚਾ ਕੇ ਉਹਨਾਂ ਨੂੰ ਬਗੀਚੇ 'ਚ ਲੈ ਗਈ। ਧੁੱਪੇ ਆਰਾਮ ਕੁਰਸੀ ਲਵਾਤੀ ਉੱਠ ਕੇ ਚੱਕਰ ਕੱਢਣ ਲੱਗ ਪਏ ਛੱਤ ਤੇ ਚਲੇ ਗਏ। ਇੱਕੋ ਗੱਲ ਤਲਵਾ ਟਲਵੀ ਪੰਜਵਾਂ ਦਿਨ ਮੁਸ਼ਕਲ ਨਾਲ ਥੱਲੇ ਲਿਆਂਦਾ। ਚਾਚ ਨੀਂਦ ਦੀ ਗੋਲੀ ਪਾ ਕੇ ਵੀ ਦਿੱਤੀ ਮਸਾ ਸੁਆਇਆ। ਅਸ਼ੋਕ ਬਾਹੂ ਸੋਚੀ ਪੈ ਗਿਆ ਬਾਹਰ ਦੀ ਉਲਝਣਾ ਘੱਟ ਸੀ ਪਹਿਲਾਂ ਇੱਕ ਘਰ 'ਚ ਪੈਦਾ ਹੋ ਗਈ। ਕਿਸੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਬਹੂ ਰਾਣੀ ਨੇ ਕਿਹਾ ਗੱਲ ਫੈਲ ਜਾਏਗੀ। ਜੇ ਫੈਲ ਗਈ ਤਾਂ ਬਹੁਤ ਨੁਕਸਾਨ ਹੋ ਸਕਦਾ ਐ ਸ਼ੋਕ ਬਾਉ ਬੋਲਿਆ ਮੁੰਬਈ ਵਾਲੇ ਦਫਤਰ ਤੋਂ ਸ਼ੋਕ ਨੂੰ ਬੁਲਾਵੇ ਆ ਰਹੇ ਸੀ ਉਹਨਾਂ ਨੇ ਇੱਕ ਬੰਗਲਾ ਤੇ ਇੱਕ ਡੁਪਲੈਕਸ ਫਲੈਟ ਵੇਖਿਆ ਸੀ ਬੰਗਲਾ ਇੱਕ ਮੰਜ਼ਲਾ ਸੀ ਤੇ ਫਲੈਟ 10ਵੇਂ ਮਾਲੇ ਤੇ ਸਭ ਤੋਂ ਉੱਪਰ ਬੰਗਲਾ ਸਮੁੰਦਰ ਤੋਂ ਦੂਰ ਤੇ ਫਲੈਟ ਕਿਨਾਰੇ ਤੇ ਸ਼ੋਕ ਬਾਉ ਨੂੰ ਲੱਗਾ ਇਸ ਮਕਾਨ ਦੀ ਖਰੀਦਦਾਰੀ 'ਚ ਵੱਡੇ ਬਾਉ ਜੀ ਦਾ ਹੱਲ ਲੁਕਿਆ ਹੋਇਆ ਹੈ ਪਰ ਇਸ ਬਾਰੇ ਉਹਨੇ ਬਹੁ ਰਾਣੀ ਨਾਲ ਕੋਈ ਗੱਲ ਨਾ ਕੀਤੀ ਤੇ ਮੁੰਬਈ ਚਲਾ ਗਿਆ ਤੀਜੇ ਦਿਨ ਆਪਣੀ ਸਕੀਮ ਅਨੁਸਾਰ ਬਹੂ ਰਾਣੀ ਨੂੰ ਵੀ ਬੁਲਾ ਲਿਆ। ਅਸ਼ੋਕ ਬਾਹੂ ਨੇ ਬਹੂ ਰਾਣੀ ਨੂੰ ਕਿਹਾ ਫਲੈਟ ਖਰੀਦ ਲਿਆ। ਉਹ ਆ ਕੇ ਆਪਣੇ ਟੇਸਟ ਮੁਤਾਬਕ ਇੰਟੀਰੀਅਰ ਦਾ ਕੰਮ ਕਰਵਾ ਲੇ। ਨਾਲ ਸਤੋ ਮਾਈ ਨੂੰ ਲੈਂਦੀ ਆਏ। ਸਤੋ ਮਾਈ ਸਭ ਤੋਂ ਪੁਰਾਣੀ ਨੌਕਰਾਨੀ ਸੀ ਜੋ ਹੁਣ ਤੱਕ ਘਰ ਦਾ ਹੀ ਜੀ ਬਣ ਚੁੱਕੀ ਸੀ। ਬਹੂ ਰਾਣੀ ਨੇ ਕਿਹਾ ਇਸ ਤਰ੍ਹਾਂ ਤੇ ਬਾਉ ਜੀ ਬਿਲਕੁਲ ਇਕੱਲੇ ਰਹਿ ਜਾਣਗੇ। ਉਹਨਾਂ ਨੂੰ ਖੁਆਏਗਾ ਪਿਆਏਗਾ ਕੌਣ? ਉਹਨਾਂ ਦੀ ਦੇਖਭਾਲ ਕੌਣ ਕਰੇਗਾ? ਜੋ ਅਸ਼ੋਕ ਬਾਉ ਕਹੇ ਤਾਂ ਬਾਉ ਜੀ ਨੂੰ ਵੀ ਨਾਲ ਲੈਂਦੀ ਆਏ ਬੰਬਈ ਚ ਕਿਸੇ ਚੰਗੇ ਮਨੋ ਰੋਗ ਦੇ ਮਾਹਿਰ ਨੂੰ ਵਿਖਾ ਦੇਾਂਗੇ ਅਸ਼ੋਕ ਬਾਉ ਨੇ ਕਹਿ ਤਾ ਕਿ ਬਾਉ ਜੀ ਨੂੰ ਬਿਲਕੁਲ ਨਹੀਂ ਲੈ ਕੇ ਆਉਣਾ ਬਹੂ ਰਾਣੀ ਫੋਕਮ ਦੀ ਬੱਦੀ ਬੰਬਈ ਪੁੱਜ ਗਈ ਅਸ਼ੋਕ ਬਾਉ ਬਾਉ ਜੀ ਕੋਲ ਪਰ ਤਾਇਆ ਤੇ ਰਸੋਈ ਤਿਆਰ ਕਰਨ ਵਾਲੇ ਮਹਾਰਾਜ ਨੂੰ ਕਿਹਾ ਕਿ ਬਾਉ ਜੀ ਨੂੰ ਬਿਲਕੁਲ ਤੰਗ ਨਾ ਕਰੇ ਜਿਸ ਵਕਤ ਉਹਨਾਂ ਦਾ ਦਿਲ ਕਰੇ ਜੋ ਮੰਗਣ ਉਹ ਦੇਵੇ ਐਵੇਂ ਜਿੱਦਾਂ ਕਰ ਕਰਨਾ ਖਵਾਵੇ ਖੰਡਾਰੀ ਬਾਊ ਕਦੇ ਖਾਂਦੇ ਕਦੇ ਨਾ ਖਾਂਦੇ ਨੌਕਰਾਂ ਨੂੰ ਬੁਲਾ ਕੇ ਟਲਵਟਲ ਵੀ ਦੀਆਂ ਗੱਲਾਂ ਕਰਦੀ ਦਿਨੇ-ਦਿਨ ਕਮਜ਼ੋਰ ਹੋ ਰਿਹਾ ਸੀ ਸ਼ੇਵ ਕਰਨੀ ਹੋਣਾ ਬੰਦ ਕਰਦੀ ਬਹੂ ਰਾਣੀ ਦਿਨ ਭਰ ਇੰਟੀਰੀਅਰ ਡੈਕੋਰੇਸ਼ਨ ਦੇ ਕੰਮ 'ਚ ਲੱਗੀ ਰਹਿੰਦੀ ਪਰ ਧਿਆਨ ਉਹਦਾ ਬਾਊ ਜੀ ਵੱਲ ਲੱਗਾ ਰਹਿੰਦਾ ਉਹ ਦਿਨ ਵਿੱਚ ਦੋ-ਦੋ ਤਿੰਨ-ਤਿੰਨ ਵਾਰ ਘਰ ਫੋਨ ਕਰਦੀ ਕਦੇ ਸ਼ੋਕ ਬਾਊ ਨਾਲ ਗੱਲਾਂ ਕਰਦੀ ਕਦੀ ਕਿਸੇ ਨੌਕਰ ਨਾਲ ਗੱਲ ਹੋ ਜਾਂਦੀ ਬਾਊ ਜੀ ਬਾਰੇ ਸੁਣ-ਸੁਣ ਕੇ ਉਹਦੀ ਚਿੰਤਾ ਵੱਧਦੀ ਜਾਂਦੀ ਉਹ ਹਰ ਰੋਜ਼ ਪੁੱਛਦੀ ਸ਼ੈਲੀ ਕਦ ਆਏਗਾ ਸ਼ੈਲੀ ਉਹਨਾਂ ਦਾ ਪੁੱਤਰ ਜੋ ਹੋਸਟਲ 'ਚ ਰਹਿੰਦਾ ਸੀ ਉਹਨੇ ਇੱਕ ਹਫ਼ਤੇ ਲਈ ਛੁੱਟੀ ਤੇ ਆਉਣਾ ਸੀ ਬਹੂ ਰਾਣੀ ਦਾ ਖਿਆਲ ਸੀ ਕਿ ਸ਼ੈਲੀ ਦੇ ਆਉਂਦਿਆਂ ਹੀ ਬਾਬੂ ਜੀ ਠੀਕ ਹੋ ਜਾਣਗੇ ਦਾਦੇ ਪੋਤੇ ਚੰਗੀ ਦੋਸਤੀ ਸੀ ਬਹੁਤਾ ਸਮਾਂ ਦਾਦੇ ਦੇ ਬਚਪਨ ਤੇ ਜਵਾਨੀ ਦੀ ਕਿਸੇ ਸੁਣਦਾ ਰਹਿੰਦਾ ਸ਼ੈਲੀ ਆ ਗਿਆ ਪਿਤਾ ਜੀ ਪਰਚ ਜਾਣਗੇ ਉਹ ਟਲਵਾ ਟਲਵੀ ਨੂੰ ਭੁੱਲ ਜਾਣਗੇ ਉਹ ਸੋਚਦੀ ਤੇ ਇੱਕ ਦਿਨ ਸ਼ੈਲੀ ਸਿੱਧਾ ਹੋਸਟਲ ਤੋਂ ਬਹੂ ਰਾਣੀ ਕੋਲ ਬੰਬਈ ਮੁੰਬਈ ਪੁੱਜ ਗਿਆ ਸਰਪ੍ਰਾਈਜ਼ ਮਾਮਾ ਬਹ ਬਉ ਰਾਣੀ ਨੂੰ ਕ੍ਰੋਧ ਚੜ ਗਿਆ ਇਹ ਤੁਸੀਂ ਕੀ ਕੀਤਾ ਉਹਨੇ ਅਸ਼ੋਕ ਬਾਉ ਨਾਲ ਗੱਲ ਕੀਤੀ ਸ਼ੈਲੀ ਨੂੰ ਮੇਰੇ ਪਿੱਛੇ ਕਿਉਂ ਭੇਜ ਦਿੱਤਾ ਪਿਤਾ ਜੀ ਕੋਲ ਰਹਿੰਦਾ ਤਾਂ ਉਹਨਾਂ ਦਾ ਦਿਲ ਪਰਚ ਜਾਂਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਤੇ ਸਮਝ ਲੈ ਬਾਉ ਜੀ ਨੂੰ ਉਹਨਾਂ ਦੇ ਹਾਲਤੇ ਛੱਡ ਦੇ ਕਈ ਵਾਰ ਘਰ ਦਾ ਵੱਡਾ ਲੋੜ ਤੋਂ ਵੱਧ ਉਮਰ ਭੋਗ ਜਾਏ ਤਾਂ ਰੁਕਾਵਟ ਪੈ ਜਾਂਦਾ ਸਭ ਕੁਝ ਤਾਂ ਗਤੀ ਰੋਕਣ ਵਾਲਾ ਸਪੀਡ ਬ੍ਰੇਕਰ ਇਹ ਗੱਲ ਸਮਝ ਲੈ ਤੇ ਆਪਣਾ ਕੰਮ ਕਰਵਾ ਬਾਕੀ ਮੈਂ ਆਪੇ ਸੰਭਲ ਲਵਾਂਗਾ ਧੰਨਵਾਦ